ਹੋਏਗੀ ਤਾਂ ਤਕਲੀਫ ਤੁਹਾਨੂੰ, ਪਰ ਪੱਖਾ ਅਗਰ ਬੰਦ ਹੋ ਜਾਵੇ ਨਾ ਤਾਂ ਮੇਰੇ ਵਾਸਤੇ ਨਹੀਂ ਤਕਲੀਫ। ਆਹ ਜਿਹੜਾ ਉੱਤੇ ਚੱਲਿਆ ਕਹਿੰਦਾ ਨਾ, ਇਹ ਇੱਕ ਡੰਡੇ ਜਿਹਦਾ, ਇਹ ਬੰਦ ਚ ਕਰੋ ਤਾਂ ਬਾਕੀ ਸਾਰੇ ਪੱਖੇ ਤੁਹਾਡੇ ਹੀ ਹਨ, ਮੈਂ ਤਾਂ ਗਰੀਬ ਨਹੀਂ ਹਵਾ ਲੈਣਾ ਹੈ। ਮਾਸ਼ਾਅੱਲਾ ਬਸ ਸਹੀ ਹੈ, ਬਾਕੀ ਬੰਦ ਨਾ ਕਰਨਾ, ਲਾੜੀ ਨਾ ਪਵੇ। ਸ਼ੇਰੇ ਬੱਬਰ ਪਿੱਛੇ ਬੈਠਾ ਇਸ ਟਾਈਮ, ਉਹ ਮਤਲਬ ਹੈ ਏਸੀ ਕਮਰੇ 'ਚ ਬੰਦ ਸ਼ੇਰ, ਅਤੇ ਬਿੱਲੀ ਤੁਹਾਡੇ ਸਾਹਮਣੇ ਹੈ। ਇਨਸ਼ਾਅੱਲਾ ਸ਼ੇਰ ਯਾ ਆਏਗਾ ਅਤੇ ਬਿੱਲੀ ਵੱਜ ਜਾਏਗੀ। ਬਿੱਲੀ ਦਾ ਹੱਕ ਵੀ ਹੈ ਫਿਰ ਉੱਥੇ ਨਹੀਂ ਲਾਉਣਾ। ਬੜੀ ਬੜੀ ਗੱਲ, ਇਹ ਪਿਆਰ ਦੀ ਗੱਲ। ਸਪੀਕਰ ਵੈਸੇ ਮਜ਼ੇਦਾਰ ਨਹੀਂ, ਜਾਂ ਤਾਂ ਚਲਾਉਣ ਦਾ ਵੱਲ ਨਹੀਂ, ਅਤੇ ਜਾਂ ਤਾਕਤ ਹੀ ਹੈ। ਸਪੀਕਰ ਇੰਝ ਹੋਵੇ ਕਿ ਮੁਸਾਫਿਰ ਦੁਆ ਦੇਵੇ, ਮੁਸਾਫਰਾਂ ਦੀ ਦੁਆ ਫਿਰ ਬੜੀ ਮਾਸ਼ਾਅੱਲਾ ਕਬੂਲ ਹੁੰਦੀ। ਅਤੇ ਜੇ ਮੁਸਾਫਰਾਂ ਵਿਚਾਰਿਆਂ ਸਪੀਕਰ ਵਾਲੇ ਨਾਲ ਲੜਦੇ ਹੀ ਰਹਿਣਾ ਤਾਂ ਫਿਰ ਉਹ ਕੀ ਬਣ ਸੀ। ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤ। ਅਲਹਮਦੁਲਿਲ੍ਲਾਹ ਨਹਮਦੂ ਵਨਸਤਾਈਨੁਹੁ ونستغفره ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له وأشهد أن لا إله إلا الله وحده لا شريك له وأشهد أن محمدا عبده ورسوله أما بعد بسم الله الرحمن الرحيم إنا أعطيناك الكوثر فصل لربك وانحر إن شانئك هو الأبتر اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد
ਮੈਂ ਪੁੱਛਿਆ ਈਦ ਦੇ ਚੱਲ ਕੋਲੋ, ਮੈਂ ਪੁੱਛਿਆ ਈਦ ਦੇ ਚੱਲ ਕੋਲੋ, ਕਿਸੇ ਤੈਨੂੰ ਵੀ ਈਦ ਕਰਾਈ ਹੈ? ਉਸ ਆਖਿਆ ਮੇਰੀ ਜ਼ਿੰਦਗੀ ਦੀ ਇੱਕ ਰਾਤ ਇਹੋ ਜੀ ਆਈ ਏ, ਕਦੀ ਮੁਲਕਿਆ ਰੱਬ ਦੀ ਧਰਤੀ ਤੇ, ਉਹ ਕਦੀ ਮੁਲਕਿਆ ਰੱਬ ਦੀ ਧਰਤੀ ਤੇ, ਕਿਸੇ ਸੋਹਣੇ ਉਂਗਲੀ ਵਿਖਾਈ ਏ, ਉਸ ਉਂਗਲੀ ਦੇ ਰਾਤ ਇਸ਼ਾਰੇ ਤੇ ਮੈਂ ਟੁੱਟ ਕੇ ਈਦ ਮਨਾਈ ਏ। ਅੱਲਾ ਪਾਕ ਦਾ ਬਹੁਤ ਬੜਾ ਇਹਸਾਨ ਹੈ ਕਿ ਜਿਸ ਰੱਬ ਨੇ ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਇਆ। ਅੱਲਾ ਪਾਕ ਦਾ ਬਹੁਤ ਬੜਾ ਇਹਸਾਨ ਹੈ ਕਿ ਜਿਸ ਰੱਬ ਨੇ ਕੁਰਾਨ ਹਦੀਸ ਸਮਾਤ ਕਰਨ ਵਾਸਤੇ ਆਪਣੇ ਪਿਆਰੇ ਸੋਹਣੇ ਘਰ ਦੇ ਅੰਦਰ ਸਾਨੂੰ ਜਮ੍ਹਾਂ ਫਰਮਾਇਆ। ਅੱਲਾ ਪਾਕ ਦਾ ਬਹੁਤ ਬੜਾ ਇਹਸਾਨ ਹੈ ਕਿ ਜਿਸ ਰੱਬ ਨੇ ਇਮਾਮ ਆਜ਼ਮ, ਕੈਦ ਆਜ਼ਮ, ਖਤੀਬ ਆਜ਼ਮ, ਮੁਰਸ਼ਦ ਆਜ਼ਮ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਉਮਤੀ ਬਣਾਇਆ। ਮੈਂ ਬੜਾ ਖੁਸ਼ ਹਾਂ ਸਾਊਂਡ ਵਾਲੇ ਸਪੀਕਰ ਭਾਈ, ਸਪੀਕਰ ਚਲਾਉਣ ਵਾਲੇ ਭਾਈ ਤੇ ਕੁਛ ਬੰਦੇ ਸਾਰੀ ਤਕਰੀਰ ਦੇ ਅੰਦਰ ਮੌਲਵੀ ਵਿਚਾਰੇ ਮਰ ਜਾਂਦੇ ਨਾ ਖਾ ਕੇ, ਉਹ ਸਿੱਧਾ ਹੁੰਦਾ ਹੀ ਨਹੀਂ। ਮਾਲੂਮ ਹੁੰਦਾ ਕਿ ਕੋਈ ਚੰਗਾ ਬੰਦਾ ਹੈ ਜਾਂ ਮੈਂ ਇਸ਼ਾਰਾ ਦਿੱਤਾ ਅਤੇ ਉਹ ਸਹੀ ਹੋ। ਔਰ ਇਹ ਦੁਆ ਲਵੇਗਾ, ਮੁਸਾਫਰਾਂ ਦੀ ਦੁਆ ਲੈਣੀ ਵੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਇਹਦਾ ਸਵਾਬ ਹੁੰਦਾ। ਪਿਆਰੇ ਦੋਸਤੋ, ਮੇਰੇ ਪਿਆਰੇ ਭਾਈਓ, ਅੱਲਾਹੁ ਅਕਬਰ, ਮੈਂ ਅੱਜ ਉਹ ਮਸਲਾ ਬਿਆਨ ਕਰਨ ਲੱਗਾ ਜਿਹੜਾ ਮਸਲਾ ਮੈਂ ਅੱਜ ਸੁਣਾਉਣਾ ਹੈ। ਅਗਰ ਤੁਹਾਡਾ ਇਹਦੇ 'ਤੇ ਅਮਲ ਨਾ ਹੋਇਆ, ਕੁਰਬਾਨੀਆਂ ਆ ਰਹੀਆਂ, ਹਜ ਵੀ ਆ ਰਹੀ ਹੈ, ਅੱਲਾ ਤੁਹਾਨੂੰ ਬੈਤੁੱਲਾ ਦੀ ਹਜ ਦੀ ਤੌਫੀਕ ਦੇ ਦੇਵੇ। ਹਜ ਕਰ ਲਓ, ਅਗਰ ਉਸ ਬਾਤ 'ਤੇ ਅਮਲ ਨਹੀਂ ਜਿਹੜੀ ਮੈਂ ਅਜੇ ਦੱਸੀ ਨਹੀਂ, ਤਾਂ ਫਿਰ ਤੇਰੀ ਹਜ ਕਬੂਲ ਵੀ ਨਹੀਂ। ਕੁਰਬਾਨੀਆਂ ਦੇ ਜਾਨਵਰ, ਗਾਵਾਂ ਲੈ ਲਓ, ਉੱਠ ਲੈ ਲਓ, ਬੱਕਰੇ ਲੈ ਲਓ, ਛਤਰੇ ਲੈ ਲਓ, ਦੁੰਬੇ ਦੁੰਬੀਆਂ ਲੈ ਲਓ, ਅਤੇ ਦੋ ਦੋ ਸੌ ਲੈ ਲਓ। ਮੈਂ ਜਿਹੜੀ ਗੱਲ ਅਜੇ ਦੱਸੀ ਨਹੀਂ, ਇਹਦੇ 'ਤੇ ਤੇਰਾ ਅਗਰ ਅਮਲ ਨਹੀਂ ਤਾਂ ਤੈਨੂੰ ਇੱਕ ਬੱਕਰੇ ਦਾ ਸਵਾਬ ਵੀ ਨਹੀਂ। ਅਜ਼ਾਨ ਬੈਤੁੱਲਾ 'ਚ ਹੋਵੇ ਤਾਂ ਤੂੰ ਸਹਿਰੀ ਖਾ ਰਿਹਾ ਹੋਵੇਂ ਜ਼ਮ ਜ਼ਮ ਦੇ ਪਾਣੀ ਨਾਲ, ਔਰ ਅਜਵਾ ਖਜੂਰਾਂ ਨਾਲ ਤੂੰ ਰੋਜ਼ਾ ਰੱਖੇ ਤਾਂ ਰੱਖੇ ਵੀ ਬੈਤੁੱਲਾ ਦੇ ਸਿਹਨ ਦੇ ਵਿੱਚ ਜਿੱਥੇ ਮਕਾਮ ਇਬਰਾਹੀਮ ਹੈ। ਅਜ਼ਾਨ ਬੈਤੁੱਲਾ ਦੀ ਹੋਵੇ ਤਾਂ ਇਫਤਾਰੀ ਕਰੇਂ, ਅਜ਼ਾਨ ਬੈਤੁੱਲਾ ਦੀ ਹੋਵੇ ਤਾਂ ਤੂੰ ਸਹਿਰੀ ਕਰੇਂ, ਰੋਜ਼ੇ ਬੈਤੁੱਲਾ 'ਚ ਰੱਖੇ ਜਿੱਥੇ ਇੱਕ ਨਿਮਾਜ਼ ਪੜ੍ਹਨ ਦਾ ਸਵਾਬ 27 ਲੱਖ ਹੈ। ਪੰਜ ਨਿਮਾਜ਼ਾਂ ਜਮਾਤ ਨਾਲ ਪੜ੍ਹੋ ਤਾਂ 1 ਕਰੋੜ ਅਤੇ 35 ਲੱਖ ਪੰਜਾਂ ਨਿਮਾਜ਼ਾਂ ਨੂੰ ਰੱਬ ਬਣਾ ਛੁੜਦਾ। ਉਸ ਬੈਤੁੱਲਾ ਦੇ ਵਿੱਚ ਬਹਿ ਕੇ ਤੂੰ ਸਹਿਰੀਆਂ ਅਤੇ ਅਫਤਾਰੀਆਂ ਅਤੇ ਰੋਜ਼ੇ ਰੱਖ। ਅਗਰ ਉਹ ਜਿਹੜੀ ਗੱਲ ਅਜੇ ਮੈਂ ਦੱਸੀ ਨਹੀਂ ਲੱਗਦਾ ਮੈਂ ਦੱਸੂ ਵੀ ਨਹੀਂ, ਉਹਦੇ 'ਤੇ ਅਗਰ ਤੇਰਾ ਅਮਲ ਨਹੀਂ ਤਾਂ ਤੈਨੂੰ ਉੱਥੋਂ ਦੇ ਰੋਜ਼ਿਆਂ ਦਾ ਵੀ ਸਵਾਬ ਨਹੀਂ। ਹੁਣ ਤੁਹਾਡੇ ਜ਼ਿਹਨ ਸਵਾਲ ਆਏਗਾ ਕਿ ਗੱਲ ਤਾਂ ਦੱਸਣੀ ਪਾਉਣੀ ਹੈ ਨਾ ਕਿ ਐਡੇ ਵੱਡੇ ਨੁਕਸਾਨ ਹੋ ਗਏ ਸਾਡੇ ਜਲਸਿਆਂ 'ਤੇ, ਇਹੋ ਰੰਗੀ ਤਕਰੀਰ ਮੌਲਵੀ ਕਰਦੇ ਵੀ ਨਹੀਂ, ਕਿਉਂਕਿ ਇਸ ਤਕਰੀਰ ਦੇ ਵਿੱਚ ਮਜ਼ਾ ਘੱਟ ਹੈ, ਫਾਇਦਾ ਵੱਧ, ਫਾਇਦਾ ਵੱਧ।
ਉਹ ਕਿਹੜਾ ਮਸਲਾ ਹੈ? ਉਹ ਮਸਲਾ ਹੈ ਕਿ ਜਦੋਂ ਮੇਰਾ ਸੋਹਣਾ ਪਾਕ ਨਬੀ ਅਰਸ਼ਾਂ ਦਾ VIP ਮਹਿਮਾਨ ਬਣਿਆ ਅਤੇ ਅੱਲਾ VIP ਮੇਰੇ ਪਾਕ ਮੁਹੰਮਦ ਦਾ VIP ਮੇਜ਼ਬਾਨ ਬਣਿਆ, ਮੁਹੰਮਦ ਪਾਕ ਤੋਂ ਵੱਡਾ ਮਹਿਮਾਨ ਕੋਈ ਨਹੀਂ ਅਤੇ ਰੱਬ ਦੀ ਜ਼ਾਤ ਤੋਂ ਵੱਡਾ ਮੇਜ਼, ਸੁਭਾਨ ਅੱਲਾ, ਤੁਹਾਡੀ ਮੁਲਤਾਨ ਤਾਂ ਨਹੀਂ ਗਈ ਖਲੀ, ਮੇਰੇ ਨਾਲ ਤਾਂ ਟੁਰਨਾ ਪਊ ਸੀ, ਸ਼ੇਰ ਭਾਵੇਂ ਤੁਹਾਨੂੰ ਟੋਰੇ ਜਾਂ ਨਾ ਟੋਰੇ, ਬਿੱਲੀ ਜ਼ਰੂਰ ਟੋਰ ਸੀ। ਤਵਜੋ ਚਾਹੀ ਪਿਆਰੇ ਭਾਈਓ, ਉਹ ਮਸਲਾ ਕੀ ਹੈ? ਜਦੋਂ ਚੰਗੇ ਮੇਜ਼ਬਾਨ ਹੋਵੇ ਨਾ ਚੰਗੇ, ਉਹ ਫਿਰ ਜਦੋਂ ਮਹਿਮਾਨ ਅਲਵਿਦਾ ਹੁੰਦੇ ਅਤੇ ਉਹਨਾਂ ਨੂੰ ਗਿਫਟ ਦਿੱਤੇ ਜਾਂਦੇ ਨੇ, ਮੇਰੇ ਰੱਬ ਨੇ ਜਿਹੜਾ ਅਰਸ਼ਾਂ ਦਾ ਗਿਫਟ ਦਿੱਤਾ ਹੈ, ਅੱਜ ਉਹ ਮੇਰੀ ਤਕਰੀਰ ਹੈ। ਸੁਭਾਨ ਅੱਲਾ ਤਾਂ ਫੜੋ, ਅੱਜ ਉਹ ਮੇਰੀ ਤਕਰੀਰ ਹੈ ਅਤੇ ਉਹ ਹੈ ਨਮਾਜ਼ਾਂ ਦਾ ਤੋਹਫ਼ਾ। ਸਾਰਾ ਦੀਨ ਜਿਬਰਾਈਲ ਦੇ ਜ਼ਰੀਏ ਜ਼ਮੀਨ 'ਤੇ ਆਇਆ ਅਤੇ ਨਮਾਜ਼ ਅਰਸ਼ਾਂ ਬਰੀ 'ਤੇ ਰੱਬ ਨੇ ਸਪੈਸ਼ਲ ਬੁਲਾ ਕੇ ਗੱਲਾਂ ਕਰਕੇ ਆਪਣੇ ਹਬੀਬ ਨਾਲ ਉੱਥੇ ਦਿੱਤਾ ਐਡਾ ਉੱਚਾ ਨਮਾਜ਼ ਦਾ ਅਮਲ। ਜਿਵੇਂ ਨਬੀ ਉੱਚਾ, ਇਵੇਂ ਅੱਲਾ ਉੱਚਾ, ਉਹ ਅਰਸ਼ ਦਾ ਮਕਾਮ ਉੱਚਾ, ਉਹ ਨਮਾਜ਼ ਦਾ ਮਸਲਾ ਉੱਚਾ, ਅਤੇ ਜਿਹੜਾ ਅਮਲ ਕਰ ਬੈਠਾ ਉਹ ਵੀ ਸਾਰੀ ਦੁਨੀਆ ਤੋਂ ਅੱਲਾ ਉੱਚਾ ਹੀ ਕਰ ਦੇਵੇਗਾ। ਅੱਜ ਮੈਂ ਮਸਲਾ ਨਮਾਜ਼ ਸੁਣਾਉਣਾ ਹੈ, ਪਰ ਮੇਰਾ ਅੰਦਾਜ਼ ਥੋੜ੍ਹਾ ਜਿਹਾ ਫਰਕ ਹੋਏਗਾ। ਮੈਂ ਆਪਣਾ ਉਨਵਾਨ ਬਿਆਨ ਕਰਾਂਗਾ ਨਮਾਜ਼, ਪਰ ਦੱਸਾਂਗਾ ਬਾ ਹਵਾਲਾ ਕੁਰਾਨ। ਤੁਸੀਂ ਮੈਨੂੰ ਹਰ ਸਾਲ ਸੱਦ ਲੈਂਦੇ ਹੋ, ਕਿਉਂਕਿ ਤੁਹਾਡਾ ਜਿਹੜਾ ਮੌਲਵੀ ਸਾਹਿਬ ਹੈ ਨਾ, ਉਹ ਮੇਰਾ ਹਜ ਫੈਲੋ ਹੈ। ਮੈਨੂੰ ਲੱਗਦਾ ਉਹਨੂੰ ਪਿਆਰ ਹੀ ਬੜਾ ਉਦੋਂ ਦਾ ਪੈ ਗਿਆ, ਅਸੀਂ ਇਕੱਠੇ ਬੈਤੁੱਲਾ ਦੇ ਸੇਨ 'ਚ ਬੰਦੇ ਉੱਠਦੇ ਹਾਂ ਇਕੱਠੇ, ਬੜਾ ਸ਼ਰੀਫ ਬੰਦਾ। ਪਿਆਰੇ ਦੋਸਤੋ ਭਾਈਓ, ਹਰ ਸਾਲ ਤੁਸੀਂ ਵੀ ਮੇਰੇ ਤੋਂ ਟਲਦੇ ਨਹੀਂ, ਅੱਜ ਦੀ ਤਕਰੀਰ ਤੋਂ ਬਾਅਦ ਜਾਂ ਤਾਂ ਪੱਕੇ ਬੇਲੀ ਬਣ ਜਾਓਗੇ ਅਤੇ ਜਾਂ ਪੱਕੇ ਹੀ ਮੈਨੂੰ ਛੱਡ ਜਾਓ। ਉਹ ਮਸਲਾ ਕਿਹੜਾ ਹੈ? ਉਹ ਮਸਲਾ ਨਮਾਜ਼ ਹੈ। ਅਗਰ ਨਮਾਜ਼ ਪੜ੍ਹਦੇ ਰਸੋ ਕੁਰਬਾਨੀ ਕਬੂਲ ਹੋਏਗੀ, ਨਮਾਜ਼ਾਂ ਪੜ੍ਹੋਗੇ ਹਜ ਕਬੂਲ ਹੋਏਗੀ, ਨਮਾਜ਼ਾਂ ਪੜ੍ਹੋਗੇ ਤੇਰੇ ਬੱਕਰੇ ਛਤਰੇ ਕਬੂਲ ਹੋਣਗੇ, ਨਮਾਜ਼ਾਂ ਪੜ੍ਹੋਗੇ ਤੇਰੀ ਛੋਟੀ ਬੜੀ ਨੇਕੀ ਕਬੂਲ ਹੋਏਗੀ, ਨਮਾਜ਼ ਨਹੀਂ ਪੜ੍ਹੋਗੇ ਘਰ 'ਚੋਂ ਬਰਕਤ ਉੱਡ ਜਾਏਗੀ, ਨਮਾਜ਼ ਨਹੀਂ ਪੜ੍ਹੇਗੀ ਔਰਤ ਉਹਦੇ ਹੱਥ ਦੇ ਪੱਕੇ ਸਾਲਣ 'ਚ ਲੱਜ਼ਤ ਨਹੀਂ ਹੋਏਗੀ। ਉਹ ਜਿਹੜਾ ਘਰ ਬੇਨਿਮਾਜ਼ ਹੈ ਉੱਥੇ ਕਦੀ ਸੁੱਖ ਅਤੇ ਸਕੂਨ ਨਹੀਂ ਆਏ, ਬੇਬਰਕਤੀ ਹੋਏਗੀ। ਕਰੋੜਾਂ ਕਮਾਏਗਾ ਅਤੇ ਮਿੰਟਾਂ ਸਕਿੰਟਾਂ ਦੇ ਅੰਦਰ ਉਹ ਬਸਾ ਬੂਸ ਹੋ ਜਾਏਗਾ। ਮੇਰੇ ਪਿਆਰੇ ਦੋਸਤੋ, ਨਮਾਜ਼ੀ ਬਣੋ, ਜ਼ਰੂਰ ਬਣੋ, ਔਰ ਬੜੇ ਜਲਦੀ ਬਣੋ, ਔਰ ਬਣੋ ਮਸਨੂਨ ਨਮਾਜ਼, ਜੋ ਰੱਬ ਨੇ ਆਖਿਆ ਉਹ ਰੰਗੀ ਨਮਾਜ਼ ਪੜ੍ਹੋ, ਜੋ ਮੇਰੇ ਸੋਹਣੇ ਨਬੀ ਨੇ ਦੱਸਿਆ ਇੰਜ ਦੀ ਨਮਾਜ਼ ਪੜ੍ਹੋ। ਪਿਆਰੇ ਭਾਈਓ, ਮੈਂ ਇਨਸ਼ਾਅੱਲਾ ਤਾਲਾ ਜਦੋਂ ਮੁਤਾਲਾ ਕੀਤਾ ਕੁਰਾਨ ਮਜੀਦ ਦਾ, ਅਤੇ ਮੈਨੂੰ ਨਮਾਜ਼ ਦੇ ਬਾਰੇ ਦੇ ਅੰਦਰ 350 ਆਇਤਾਂ ਮਿਲੀਆਂ। ਕਿੰਨੀਆਂ ਮਿਲੀਆਂ ਟੋਟਲ ਐਤਾਂ ਹੈਣ ਕਿੰਨੀਆਂ? 6,666। ਇਹ ਸਮਝੋ ਅੱਧੇ ਕੁਰਾਨ ਦੇ ਵਿੱਚੋਂ, ਪੂਰੇ ਕੁਰਾਨ 'ਚੋਂ 350 ਐਤ ਮਿਲੀ, 350 ਐਤ। ਜਿਹੜਾ ਨਮਾਜ਼ ਨਹੀਂ ਪੜ੍ਹਦਾ 350 ਦਾ ਐਤਾਂ ਦਾ ਅਮਲੀ ਇਨਕਾਰ ਕਰਦਾ। ਮੇਰੇ ਦੋਸਤੋ, ਇੱਕ ਐਤ ਦਾ ਇਨਕਾਰ ਬਹੁਤ ਵੱਡਾ ਗੁਨਾਹ ਹੈ, ਅਤੇ ਬੰਦਾ ਵੱਡਾ ਗੁਨਾਹਗਾਰ ਹੈ ਜਿਹੜਾ ਨਮਾਜ਼ੀ ਨੂੰ। ਪਿਆਰੇ ਭਾਈਓ, ਮੈਂ 350 ਅਗਰ ਐਤ ਸ਼ੁਰੂ ਪੜ੍ਹਨ 'ਤੇ ਕਰ ਦਿੱਤੀ, ਫਿਰ ਨਾ ਸ਼ੇਰ ਆਏਗਾ ਨਾ ਬੱਬਰ ਆਏਗਾ। ਇੱਕ ਹੋਰ ਵੀ ਸ਼ੇਰ ਹੈ ਪਾਕਿਸਤਾਨ ਫਿਰਦਾ, ਨਾ ਉਹ ਤਕਰੀਰ ਕਰ ਸਕੇਗਾ ਨਾ ਇਹ ਬਜ਼ੁਰਗ ਕਰ ਸਕੇਗਾ। ਫਿਰ ਕੱਲ੍ਹ ਹੀ ਤਕਰੀਰਾਂ ਹੋਣਗੀਆਂ ਦੁਬਾਰਾ, ਕਿਉਂਕਿ 350 ਐਤ ਪੜ੍ਹਨਾ ਕੋਈ ਖਾਲਾ ਜੀ ਦਾ ਵਾੜ ਹੈ ਅਤੇ ਟਾਈਮ ਲੱਗਦਾ ਹੈ। ਫਿਰ ਮੇਰਾ ਅੰਦਾਜ਼ 'ਚ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਚਾਹੀਦਾ। ਫਿਰ ਮੈਂ ਕਿਸੇ ਐਤ ਦਾ ਤਰਜਮਾ ਵੀ ਕਰਾਂਗਾ, ਸਾਰੀਆਂ ਐਤਾਂ ਦਾ ਕਰਾਂ ਤਾਂ ਫਿਰ 5 ਦਿਨਾਂ ਦੀ ਤਕਰੀਰ ਹੋਏਗੀ। ਹੁਣ ਮੈਂ ਤੁਹਾਡੇ ਸਾਹਮਣੇ 350 ਐਤ ਨਹੀਂ ਪੜ੍ਹਨੀ, ਕਿਉਂਕਿ ਕਿਸੇ ਟਾਈਮ ਹੀ ਸ਼ੇਰ ਮੂੰਹ ਵਿਖਾ ਸਕਦਾ ਅਤੇ ਮੈਨੂੰ ਨੱਸਣਾ ਪੈ ਸਕਦਾ। ਮੈਂ ਇਨਸ਼ਾਅੱਲਾ ਤਾਲਾ ਸਿਰਫ ਹਰ ਸਿਪਾਰੇ ਦੇ ਵਿੱਚੋਂ ਤੈਨੂੰ ਸੈਰ ਕਰਵਾਵਾਂਗਾ, ਪੂਰੇ ਕੁਰਾਨ ਦੀ ਸੈਰ ਹੋ ਜਾਏਗੀ, ਔਰ ਹਰ ਸਿਪਾਰੇ 'ਚ ਇੱਕ ਇੱਕ ਮਕਾਮ ਪੜ੍ਹਾਂਗਾ। ਮੇਰੇ ਪਿਆਰੇ ਦੋਸਤੋ, ਆਓ ਜ਼ਰਾ ਪਹਿਲਾ ਸਿਪਾਰੇ ਤੋਂ ਆਪਾਂ ਮੁੜ ਤੋਂ ਸ਼ੁਰੂ ਕਰ ਦੇਈਏ ਕਿ ਨਮਾਜ਼ ਕਿੱਥੇ ਕਿੱਥੇ ਹੈ ਅਤੇ ਨਮਾਜ਼ ਦੀ ਕਿਆ ਸ਼ਾਨ ਹੈ
ਨਮਾਜ਼ੀ ਦਾ ਕਿਆ ਮਕਾਮ ਹੈ, ਤਵੱਜੋ ਚਾਹੀਦੀ। ਕਿਉਂ ਜੀ ਮੈਨੂੰ ਗਿਫਟ ਦਿਓਗੇ ਤੁਸੀਂ? ਮੈਨੂੰ ਅੱਜ ਤੋਹਫੇ ਦੇਣੇ ਤਾਂ ਮੈਂ ਤੁਹਾਨੂੰ ਦੇਣੇ। ਮੈਂ ਤੋਹਫਾ ਦਿਆਂਗਾ ਕੁਰਾਨ, ਤੂੰ ਦੇਵੇਂਗਾ ਸੁਬਹਾਨ ਅੱਲਾਹ ਦਾ ਤੋਹਫਾ, ਮੇਰਾ ਖੁਦਾ ਫਿਰਦੌਸ ਦਾ ਤੋਹਫਾ ਦੇਵੇਗਾ। ਜੇ ਫਿਰਦੌਸ ਚਾਹੀਦੀ ਹੈ ਤਾਂ ਉੱਚੀ ਬੋਲੋ ਸੁਬਹਾਨ ਅੱਲਾਹ, ਹੌਲੀ ਨਹੀਂ। ਮੈਨੂੰ ਮੈਂ ਸ਼ਾਇਦ ਬੋਲਦਾ, ਜਾਂ ਤੁਸੀਂ ਗੂੰਗੇ ਹੋ ਜਾਂ ਮੈਂ ਡੋਰਾਂ। ਉੱਚੀ ਬੋਲੋ ਸੁਬਹਾਨ ਅੱਲਾਹ, ਹੱਥ ਲਹਿਰਾ ਕੇ ਕਹਿ ਦਿਓ ਸੁਬਹਾਨ ਅੱਲਾਹ। ਅਲਿਫ ਲਾਮ ਮੀਮ, ਇਹ ਤਾਂ ਅਯੋ ਰੰਗੀ ਸੁਬਹਾਨ ਅੱਲਾਹ ਦੋ ਸਿਪਾਰੇ ਵੀ ਨਹੀਂ ਪੜਨ ਦੇਵੇਗੀ। ਘੋੜੇ ਰੋਵਣ ਨਾਲੋਂ ਚੁੱਪ ਚੰਗੀ ਏ, ਬਿਸਤਰੇ ਸਦਾ ਲੈਂਦੇ ਆ ਤਾਂ ਤੁਹਾਨੂੰ ਸਵਾ ਦਿੰਦੇ ਆ। ਜੇ ਸੁਣਨਾ ਚਾਹੁੰਦੇ ਹੋ ਤੇ ਉੱਚੀ ਬੋਲੋ। ਹਾਂ ਮੈਂ ਚਲੋ ਉੱਚੀ ਬੋਲਾਂਗਾ ਤਾਂ ਮੈਂ ਤੈਨੂੰ ਨੀਵਾਂ ਬੋਲਣ ਨਹੀਂ ਦਿਆਂਗਾ। ਅਲਿਫ ਲਾਮ ਮੀਮ, ਜ਼ਾਲਿਕਲ ਕਿਤਾਬੁ ਲਾ ਰੈਬ ਫੀ, ਕੁਰਾਨ ਲਾ ਰੈਬ ਏ। ਤਰੀ ਸਿਪਾਰੇ ਬਣਦੇ ਕੁਰਾਨ ਦੇ, ਹਰ ਸਿਪਾਰਾ ਲਾ ਰੈਬ ਏ। ਇੱਕ ਸਾਤ 14 ਸੂਰਤਾਂ ਬਣਦੀਆਂ ਕੁਰਾਨ ਦੀਆਂ, ਹਰ ਸੂਰਤ ਲਾ ਰੈਬ ਏ। 558 ਰਕੂ ਬਣਦਾ ਕੁਰਾਨ ਦਾ, ਹਰ ਰਕੂ ਲਾ ਰੈਬ ਏ। 6,668 ਐਤਾਂ ਬਣਦੀਆਂ ਕੁਰਾਨ ਦੀਆਂ, ਹਰ ਐਤ ਲਾ ਰੈਬ ਏ। 3,46,598 ਹਰਾ ਬਣਦਾ ਕੁਰਾਨ ਦਾ, ਹਰ ਹਰਫ ਲਾ ਰੈਬ ਏ। ਜਿਹੜੀ ਜ਼ਾਤ ਕੁਰਾਨ ਲੈ ਕੇ ਆਈਏ, ਜਦੋਂ ਕੁਰਾਨ ਆਇਆ ਉਹ ਸਾਰੀਆਂ ਜ਼ਾਤਾਂ 'ਚੋਂ ਜ਼ਾਤ ਲਾ ਰੈਬ ਏ। ਜਿਹੜਾ ਫਰਿਸ਼ਤਾ ਕੁਰਾਨ ਲੈ ਕੇ ਆਇਆ ਉਹ ਸਾਰੇ ਫਰਿਸ਼ਤਿਆਂ 'ਚੋਂ ਲਾ ਰੈਬ ਏ। ਔਰ ਜਿਹੜੀ ਜ਼ਾਤ ਕੁਰਾਨ ਉਤਰਿਆ ਏ ਉਹ ਸਾਰੇ ਨਬੀਆਂ 'ਚੋਂ ਲਾ ਰੈਬ ਜ਼ਾਤ ਹੈ। ਔਰ ਜਿਹੜੇ ਮਹੀਨੇ ਕੁਰਾਨ ਆਇਆ ਉਹ ਸਾਰੇ ਮਹੀਨਿਆਂ 'ਚੋਂ ਮਹੀਨਾ ਲਾ ਰੈਬ ਹੈ। ਜਿਹੜੀ ਰਾਤ ਕੁਰਾਨ ਆਇਆ ਉਹ ਸਾਰੀਆਂ ਰਾਤਾਂ 'ਚੋਂ ਰਾਤ ਲਾ ਰੈਬ ਹੈ। ਉਹ ਜਿਹੜੇ ਉਮਤ 'ਚ ਕੁਰਾਨ ਆਇਆ ਉਹ ਸਾਰੀਆਂ ਉਮਤਾਂ 'ਚ ਉਮਤ ਲਾ ਰੈਬ ਹੈ। ਜਿਹੜੀਆਂ ਸ਼ਹਿਰਾਂ 'ਚ ਕੁਰਾਨ ਆਇਆ ਉਹ ਸਾਰੀਆਂ ਸ਼ਹਿਰਾਂ 'ਚੋਂ ਸ਼ਹਿਰ ਲਾ ਰੈਬ ਨੇ। ਉਹ ਜਿਹੜਾ ਕੁਰਾਨ 'ਤੇ ਅਮਲ ਕਰੇਗਾ ਉਹ ਕਿਆਮਾ ਤਾਣੇ ਦਿਨ ਸਾਰੇ ਜਨਤੀਆਂ 'ਚੋਂ ਉੱਚਾ ਲਾ ਰਹਿ ਬਣ ਜਾਏ। ਪਿਆਰੇ ਦੋਸਤੋ ਜ਼ਰਾ ਗੌਰ ਕਰਿਆ ਹੈ, ਹੁਦਲ ਮੁਤਕੀਨ ਫਰਮਾਇਆ ਕੁਰਾਨ ਹਦਾਇਤ ਦਿੰਦਾ ਹੈ ਮੁਤਕੀਨ ਨੂੰ। ਹੁਣ ਮੁਤਕੀ ਲਭੀਏ ਕੁਰਾਨ 'ਚੋਂ, ਫਰਮਾਇਆ ਮੁਤਕੀ ਕੌਣ ਹੈ? ਵਾਯੂਕੀਮ ਨਸਲਾਤ, ਜਿਹੜਾ ਨਿਮਾਜ਼ਾਂ ਕਾਇਮ ਕਰੇ, 5 ਨਿਮਾਜ਼ਾਂ ਪੜ੍ਹੇ, ਜਮਾਤ ਨਾਲ ਪੜ੍ਹੇ, ਖਸ਼ੂ ਖਦੋ ਨਾਲ ਪੜ੍ਹੇ, ਅੱਲਾ ਦੀ ਰਜ਼ਾ ਨਾਲ ਪੜ੍ਹੇ, ਅਕੀਦਾ ਤੁਹੀਦ ਰੱਖ ਕੇ ਨਿਮਾਜ਼ਾਂ ਪੜ੍ਹੇ, ਔਰ ਸੁਨਤ ਦੇ ਮੁਤਾਬਿਕ ਨਿਮਾਜ਼ਾਂ ਪੜ੍ਹੇ, ਔਰ ਸਾਰੀ ਉਮਰ ਨਿਮਾਜ਼ਾਂ ਪੜ੍ਹੇ, ਕਦੀ ਵੀ ਨਿਮਾਜ਼ਾਂ 'ਚ ਸੁਸਤੀ ਜਾਂ ਡੰਡੀ ਨਾ ਮਾਰੇ। ਜ਼ਿੰਦਗੀ ਮੁੱਕ ਗਈ ਏ, ਨਿਮਾਜ਼ਾਂ ਦਾ ਸ਼ੌਕ ਨਾ ਮੁੱਕੇ। ਵਯੂ ਕੀਮ ਨਸਲਾਤ, ਫਰਮਾਇਆ ਜਿਹੜਾ ਨਿਮਾਜ਼ਾਂ ਕਾਇਮ ਕਰਦਾ ਉਹ ਮੁਤਕੀ ਏ, ਜਿਹੜਾ ਮੁਤਕੀ ਏ ਉਹਦੇ ਕੋਲ ਹਦਾਇਤ ਹੈ, ਜਿਹਦੇ ਕੋਲ ਹਦਾਇਤ ਹੈ ਉਹਦੇ ਕੋਲ ਜੰਨਤ ਦੀ ਚਾਬੀ ਏ। ਨਿਮਾਜ਼ ਵੈਸੇ ਵੀ ਜੰਨਤ ਦੀ ਚਾਬੀ ਏ, ਜਿਹੜਾ ਨਿਮਾਜ਼ੀ ਨਹੀਂ ਉਹਦੇ ਕੋਲ ਹਦਾਇਤ ਕੋਈ ਨਹੀਂ।
ਜਿਹਦੇ ਕੋਲ ਹਦਾਇਤ ਕੋਈ ਨਹੀਂ, ਉਹਦੇ ਕੋਲ ਜੰਨਤ ਦੀ ਚਾਬੀ ਕੋਈ ਨਹੀਂ। ਨਿਮਾਜ਼ਾਂ ਪੜ੍ਹਨੀਆਂ ਚਾਹੀਦੀਆਂ, ਨਿਮਾਜ਼ ਪੜ੍ਹਨੀ ਚਾਹੀਦੀ ਹੈ, ਕਿਉਂਕਿ ਨਿਮਾਜ਼ ਤੋਂ ਬਗੈਰ ਹਦਾਇਤ ਨਹੀਂ ਅਤੇ ਹਦਾਇਤ ਤੋਂ ਬਗੈਰ ਜੰਨਤ ਨਹੀਂ, ਬਦ ਹਦਾਇਤਿਆਂ ਕੋਲ ਜੰਨਤ ਨਹੀਂ। ਹਦਾਇਤ ਜ਼ਰੂਰੀ ਹੈ ਜੰਨਤ ਵਾਸਤੇ ਅਤੇ ਹਦਾਇਤ ਲੈਣ ਵਾਸਤੇ ਨਿਮਾਜ਼ ਜ਼ਰੂਰੀ ਹੈ। ਸਿਫਾਰਾ ਦੂਸਰਾ ਸੁਣ ਲਓ, ਤਕਰੀਰ ਮੈਂ ਕਰਨਾ, ਤੋਸੜਾ ਤੁਹਾਨੂੰ ਲੱਗਾ ਖਲੈ, ਪਿਆਸ ਮੈਨੂੰ ਲੱਗਣੀ ਚਾਹੀਦੀ ਹੈ, ਮੈਂ ਪਾਣੀ ਨਹੀਂ ਪੀਵਾਂਗਾ, ਤੈਨੂੰ ਵੀ ਪੀਵਣ ਨਹੀਂ ਦਿਆਂਗਾ, ਜਿਹੜੀ ਗਿਲਾਸੀ ਦੇ ਦਿੱਤੀ ਬਾਲਾ ਹੁਣ ਟੁਰਿਆ। ਤਵੱਜੋ ਹੀ ਤਬਾਹ ਹੋ ਜਾਂਦੀ ਹੈ ਸਾਰੀ। ਸਿਫਾਰਾ ਦੂਸਰਾ ਸੁਣ ਲਓ, ਯਾ ਅਯੂਹ ਅੱਲਜ਼ੀਨ ਆਮਨੂ ਇਸਤਾਈਨੂ ਬਿਸਬਰ ਵਸਲਾ। ਅੱਲਾ ਮਦਦ ਕਰਦਾ ਨਿਮਾਜ਼ੀਆਂ ਦੀ, ਕਿਵੇਂ ਮਦਦ ਕਰਦਾ ਨਿਮਾਜ਼ ਨਾਲ। ਇਬਰਾਹੀਮ ਨਬੀ ਜਾ ਰਹੇ ਆਣ, ਨਾਲ ਇਹਨਾਂ ਦੀ ਬੀਵੀ ਵੀ ਜਾ ਰਹੀ ਹੈ। ਰਸਤੇ ਦੇ ਅੰਦਰ ਜ਼ਾਲਿਮ ਬਾਦਸ਼ਾਹ ਦੀ ਬਸਤੀ ਆ ਗਈ, ਔਰ ਉਹਨਾਂ ਨੇ ਮੁੰਡੇ ਉਬਾਸ ਛੱਡੇ ਹੋਏ ਆਣ। ਯਾ ਮੁਸਾਫਿਰ ਬਸਤੀ ਦੇ ਅੰਦਰ ਦਾਖਿਲ ਹੁੰਦੇ ਆਣ, ਉਹ ਪਕੜ ਲੈਂਦਾ ਹੈ ਮੁਸਾਫਰਾਂ ਦੇ ਵਿੱਚ ਔਰਤਾਂ ਨੂੰ। ਉਹਨਾਂ ਜਵਾਨਾਂ ਨੇ ਇਬਰਾਹੀਮ ਨਬੀ ਦੀ ਬੀਵੀ ਨੂੰ ਗ੍ਰਿਫਤਾਰ ਕਰ ਲਿਆ ਔਰ ਕਮਰੇ ਦੇ ਅੰਦਰ ਲੈ ਗਏ, ਜਿਹੜੇ ਕਮਰੇ ਦੇ ਅੰਦਰ ਜ਼ਾਲਿਮ ਬਾਦਸ਼ਾਹ ਬੈਠਾ। ਅਤੇ ਇਬਰਾਹੀਮ ਨਬੀ ਪੁੱਛਦੇ, ਉਹ ਲੋਗੋ ਇਹ ਬਾਦਸ਼ਾਹ ਕੀ ਕਰੇਗਾ, ਅਖੇ ਡਾ ਜ਼ਾਲਿਮ ਬਾਦਸ਼ਾਹ ਹੈ, ਮੁਸਾਫਿਰ ਔਰਤਾਂ ਦੀ ਇੱਜ਼ਤ ਲੁੱਟਦਾ, ਇੱਜ਼ਤ ਦੀ ਪਾਸਦਾਰੀ ਨਹੀਂ ਕਰਦਾ, ਇਹਨਾਂ ਨੂੰ ਮੁਸਾਫਰਾਂ ਦਾ ਲਿਹਾਜ਼ ਕੋਈ ਨਹੀਂ। ਇਬਰਾਹੀਮ ਨਬੀ ਨੇ ਇਸ ਪਰੇਸ਼ਾਨੀ ਦੇ ਮੌਕੇ 'ਤੇ ਆ ਕੇ, ਉਹ ਜਿਹਦੀ ਇੱਜ਼ਤ ਨੂੰ ਖਤਰਾ ਹੋਵੇ, ਫਿਰ ਹੋਵੇ ਉਹ ਬੰਦਾ ਜਿਹੜਾ ਰੱਬ ਦਾ ਪਿਆਰਾ ਖਲੀਲੁੱਲਾ ਹੋਵੇ, ਉਹ ਨਬੀ ਹੋਵੇ ਕਿ ਜਿਹਦੀ ਲੜੀ 'ਚੋਂ 80,000 ਨਬੀ ਹੋਵੇ, ਇਤਨਾ ਪਿਆਰਾ ਵੱਡਾ ਨਬੀ ਹੋਵੇ, ਇੱਜ਼ਤ ਨੂੰ ਖਤਰਾ ਪੈ ਜਾਏ, ਕਿੱਡੀ ਪਰੇਸ਼ਾਨੀ ਹੋਏਗੀ। ਇਬਰਾਹੀਮ ਨਬੀ 'ਤੇ ਪਹਾੜਾਂ ਤੋਂ ਵੱਡੀਆਂ ਪਰੇਸ਼ਾਨੀਆਂ ਆ ਗਈਆਂ ਅਚਾਨਕ। ਇਸ ਮੌਕੇ 'ਤੇ ਇਬਰਾਹੀਮ ਨਬੀ ਨੇ ਕੀ ਕੰਮ ਕੀਤਾ, ਸਲਾਤੇ ਹਾਜਾ ਦੋ ਰਖਤਾਂ ਪੜੀਆਂ, ਦੋ ਰਖ ਇਦੋਂ ਨਿਮਾਜ਼ ਸ਼ੁਰੂ ਕਰ ਦਿੱਤੀ ਹੈ। ਇਦੋਂ ਜ਼ਾਲਿਮ ਬਾਦਸ਼ਾਹ ਇਬਰਾਹੀਮ ਨਬੀ ਦੀ ਬੀਵੀ 'ਤੇ ਅਟੈਕ ਕਰਨ ਵਾਸਤੇ ਉੱਠਿਆ ਹੈ। ਇਹਨਾਂ ਦੀ ਬਰਕਤ ਵੇਖੋ ਨਿਮਾਜ਼ ਦੀ, ਉਹ ਫਰਸ਼ਾਂ ਦੇ ਅੰਦਰ ਹੀ ਧਨਸਦਾ ਜਾ ਰਿਹਾ, ਉਹ ਧਨਸਦਾ ਜਾ ਰਿਹਾ। ਫਿਰ ਉਹਨੇ ਮਿਹਨਤ ਕੀਤੀ, ਅੰਮਾ ਜਾਨ ਦੀ ਰਿਹਾ ਹੋ ਗਿਆ, ਉਹ ਆਉਂਦਾ ਜਾ ਚਲੀ ਜਾ ਕਰਮਾਲੀਏ, ਹਾਏ ਦੋ ਨਫਲਾਂ ਦਾ ਕਿਆ ਮਕਾਮ ਹੈ। ਅਜੇ ਇਬਰਾਹੀਮ ਨਬੀ ਨੇ ਫਰਜ਼ੀ ਨਿਮਾਜ਼ ਵੀ ਨਹੀਂ ਨੀਤੀ, ਅਜੇ ਫਰਜ਼ ਨਹੀਂ ਨੀਤੇ ਆਣ, ਸਿਰਫ ਆਪਣੀ ਹਾਜਤ ਵਾਸਤੇ, ਪਰੇਸ਼ਾਨੀ ਤੋਂ ਬਚਣ ਵਾਸਤੇ, ਮੇਰੀ ਇੱਜ਼ਤ ਬਚ ਜਾਏ, ਅੱਲਾ ਅੱਲਾ ਦੋ ਨਫਲ ਨੀਤੇ ਆਣ। ਕਿਆ ਸ਼ਾਨ ਹੈ ਨਿਮਾਜ਼ ਦਾ, ਕਿਆ ਮਕਾਮ ਹੈ ਨਿਮਾਜ਼ ਦਾ। ਅੱਲਾ ਨੇ 5 ਮਦਦਾਂ ਕੀਤੀਆਂ ਸਿਰਫ ਦੋ ਨਫਲਾਂ ਦੇ ਨਾਲ। ਪਹਿਲੀ ਮਦਦ, ਬਾ ਇੱਜ਼ਤ ਅੰਮਾ ਜਾਨ ਰਿਹਾ ਹੋ ਗਈ ਹੈ, ਇਹ ਪਹਿਲੀ ਅੰਮਾ ਜਾਨ ਹੈ। ਏਡਾ ਜ਼ਾਲਿਮ ਬਾਦਸ਼ਾਹ ਹੈ, ਕਦੀ ਅੱਜ ਤੱਕ ਇਹਨੇ ਮਾਫ਼ੀ ਨਹੀਂ ਦਿੱਤੀ, ਲੇਕਿਨ ਡਰ ਇਤਨਾ ਗਿਆ, ਅੰਮਾ ਜਾਨ ਨੂੰ ਰਿਹਾਈ ਹੋ ਗਈ। ਪਹਿਲੀ ਮਦਦ ਨਿਮਾਜ਼ ਦੇ ਨਾਲ ਪਹਿਲੀ ਮਦਦ ਹੋਈ। ਦੂਜੀ ਮਦਦ, ਉਸ ਜ਼ਾਲਿਮ ਬਾਦਸ਼ਾਹ ਨੇ ਆਪਣੀ ਬੇਟੀ ਦਾ ਰਿਸ਼ਤਾ ਦੇ ਛੜਿਆ, ਜਿਹੜੀ ਸਭ ਤੋਂ ਜ਼ਿਆਦਾ ਦਨਾ ਬੇਟੀ ਹੈ, ਜਿਹੜੀ ਸਭ ਤੋਂ ਜ਼ਿਆਦਾ ਅਕਲਮੰਦ ਬੇਟੀ ਹੈ, ਜਿਹੜੀ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਬੇਟੀ ਹੈ, ਜਿਹੜੀ ਸਭ ਤੋਂ ਜ਼ਿਆਦਾ ਹੁਸੀਨ ਬੇਟੀ ਹੈ, ਉਹਦਾ ਰਿਸ਼ਤਾ ਦੇ ਛੜਿਆ। ਇਬਰਾਹੀਮ ਨਬੀ ਨੂੰ ਅੱਲਾਹੁ ਅਕਬਰ, ਉਹਨਾਂ ਨੇ ਨਿਕਾਹ ਕਰ ਲਿਆ ਇਸ ਬਾਦਸ਼ਾਹ ਦੀ ਬੇਟੀ ਨਾਲ। ਫਿਰ ਇਸ ਨਿਕਾਹ ਦੇ ਇਵਜ਼ ਦੇ ਅੰਦਰ
ਅੱਲਾ ਨੇ ਇੱਕ ਲਾਲ ਦਿੱਤਾ ਹੈ, ਉਸ ਲਾਲ ਦਾ ਨਾਂ ਇਸਮਾਈਲ ਹੈ। ਸੁਬਹਾਨ ਅੱਲਾ, ਕਦੋਂ ਹੋਏਗਾ? ਉਸ ਲਾਲ ਦਾ ਨਾਂ ਇਸਮਾਈਲ ਹੈ। ਸਿਰਫ ਇਸਮਾਈਲ ਬੇਟਾ ਹੀ ਨਹੀਂ ਹੈ, ਇਹ ਫਿਰ ਅੱਲਾ ਦਾ ਨਬੀ ਵੀ ਹੈ। ਅਗਲੀ ਗੱਲ ਸੁਣ ਲਓ, ਜਿਹੜੀ ਬੜੀ ਕਮਾਲ ਗੱਲ ਹੈ। ਅੱਲਾਹੁ ਅਕਬਰ, ਫਖਰ ਬੜਾ ਕਰਦੇ ਹੋ, ਘਮੰਡ ਬੜਾ ਕਰਦੇ ਹੋ, ਦੁਨੀਆ ਨੂੰ ਦੱਸਦੇ ਹੋ ਕਿਸੇ ਦਾ ਨਬੀ ਖਲੀਲੁੱਲਾ ਹੈ, ਕਿਸੇ ਦਾ ਨਬੀ ਜ਼ਬੀਹੁੱਲਾ ਹੈ, ਕਿਸੇ ਦਾ ਨਬੀ ਕਲੀਮੁੱਲਾ ਹੈ, ਕਿਸੇ ਦਾ ਨਬੀ ਰੂਹੁੱਲਾ ਹੈ, ਕਿਸੇ ਦਾ ਨਬੀ ਨਜੀਉੱਲਾ ਹੈ। ਸਾਡਾ ਨਬੀ ਅੱਲਾ ਦਾ ਹਬੀਬੁੱਲਾ ਹੈ। ਸੋਹਣੇ ਮਦਨੀ ਪੀਰ ਦਾ ਨਾਂ ਸੁਣ ਕੇ, ਉਹ ਸੋਹਣੇ ਮਦਨੀ ਪੀਰ ਦਾ ਨਾਂ ਸੁਣ ਕੇ ਸੌ ਰੱਬ ਦੀ ਸੀਨਾ ਠਰ ਜਾਂਦਾ। ਕਿਵੇਂ ਨਬੀ ਦੀ ਨਾਥ ਬਿਆਨ ਕਰਾਂ, ਕਿਵੇਂ ਨਬੀ ਦੀ ਨਾਥ ਬਿਆਨ ਕਰਾਂ, ਲੱਖ ਵਾਰ ਦਰੂਦ ਸਲਾਮ ਪੜਾਂ। ਕਿਵੇਂ ਨਬੀ ਦੀ ਨਾਥ ਬਿਆਨ ਕਰਾਂ, ਲੱਖ ਵਾਰ ਦਰੂਦ ਸਲਾਮ ਪੜਾਂ, ਉਹਦੀ ਨਾਥ ਦੀ ਇੰਜ ਮਿਸਾਲ ਕਹਾਂ। ਜਿਵੇਂ ਅੱਟੀ ਤੂੰ ਯੂਸਫ ਮੁੱਲ ਲਵਾਂ, ਉਹਦੀ ਸ਼ਾਨ ਬੁਲੰਦ ਕਮਾਲੀ ਏ, ਉਹਨੂੰ ਮਿਲਿਆ ਰੁਤਬਾ ਆਲੀ ਏ, ਉਹਦਾ ਪੱਥਰਾਂ ਵੀ ਕਲਮਾ ਪੜਿਆ ਏ, ਮੇਰਾ ਵੀ ਲੂ ਲੂ ਠਰ ਜਾਂਦਾ। ਸੁਣੇ ਮਦਨੀ ਪੀਰ ਦਾ ਨਾਂ ਸੁਣ ਕੇ ਸੌ ਰੱਬ ਦੀ ਸੀਨਾ ਠਰ ਜਾਂਦਾ। ਅੰਮੀ ਐਸ਼ਾ ਬਿਆਨ ਫਰਮਾਦੀ, ਕੌਣ ਐਸ਼ਾ? ਸਿੱਦੀਕ ਦੀ ਬੇਟੀ ਐਸ਼ਾ। ਕੌਣ ਐਸ਼ਾ? ਮੇਰੇ ਨਬੀ ਦੀ ਪਿਆਰੀ ਬੀਵੀ ਐਸ਼ਾ। ਕੌਣ ਐਸ਼ਾ? ਮੋਮਨਾ ਦੀ ਮਾਂ ਐਸ਼ਾ। ਕੌਣ ਐਸ਼ਾ? ਤੈਬਾ ਐਸ਼ਾ। ਕੌਣ ਐਸ਼ਾ? ਜ਼ਾਕੀਆ ਐਸ਼ਾ। ਕੌਣ ਐਸ਼ਾ? ਹੁਮੈਰਾ ਐਸ਼ਾ। ਕੌਣ ਐਸ਼ਾ? ਸਵਾ 2000 ਹਦੀਸ ਦੀ ਹਾਫਿਜ਼ ਐਸ਼ਾ। ਅੰਮਾ ਜਾਨਾ ਦੀ, ਨੂੰ ਸੂਰਜ ਚੜ੍ਹਦਾ ਸ਼ਾਮ ਨੂੰ ਗਰੂਬ ਹੋ ਜਾਂਦਾ, ਸੋਹਣੇ ਨਬੀ ਦਾ ਤੁਹੀ ਦਵਾਲਾ, ਸੂਰਜ ਚੜ੍ਹਿਆ ਗਰੂਬ ਹੋਇਆ ਹੀ ਨਹੀਂ। ਅਸਮਾਨਾਂ ਦੇ ਸੂਰਜ ਨੂੰ ਤੇ ਸ਼ਾਮਾਂ ਨੂੰ ਡੁੱਬਣਾ ਪੈਂਦਾ ਏ, ਮੈਂ ਸਦਕੇ ਸੋਹਣੇ ਦੇ ਸੂਰਜ ਤੋਂ ਜਿਹੜਾ ਹਰ ਵੇਲੇ ਚੜ੍ਹਿਆ ਰਹਿੰਦਾ ਏ। ਉਹ ਮੇਰਾ ਮਦਨੀ ਪੀਰ ਨਿਰਾਲਾ ਸੀ, ਮੇਰਾ ਮਦਨੀ ਪੀਰ ਨਿਰਾਲਾ ਸੀ, ਇੱਕ ਆ ਗਿਆ ਦੁੱਧ ਪਿਆਲਾ ਸੀ। ਪਹਿਲਾਂ ਰੱਜ ਰੱਜ ਦੇਵੇ ਮੁਰੀਦਾਂ ਨੂੰ, ਪੀਰ ਹੋ ਤੋ ਐਸਾ ਹੋ, ਮੁਰਸ਼ਦ ਹੋ ਤੋ ਐਸਾ ਹੋ, ਰਹਿਬਰ ਹੋ ਤੋ ਐਸਾ ਹੋ, ਮਿਹਰਬਾਨ ਹੋ ਤੋ ਐਸਾ ਹੋ, ਸ਼ਫੀਕ ਹੋ ਤੋ ਐਸਾ ਹੋ, ਕਰੀਮ ਹੋ ਤੋ ਐਸਾ ਹੋ। ਮੇਰਾ ਮਦਨੀ ਪੀਰ ਨਿਰਾਲਾ ਸੀ, ਇੱਕ ਆ ਗਿਆ ਦੁੱਧ ਪਿਆਲਾ ਸੀ। ਪਹਿਲੇ ਰਾਜ ਰਾਜ ਦੇਵੇ ਮੁਰੀਦਾਂ ਨੂੰ, ਬਾਦ ਚ ਗੁੱਟ ਭਰ ਜਾਂਦਾ। ਸੁਣ ਮਦਨੀ ਪੀਰ ਦਾ ਨਾਂ ਸੁਣ ਕੇ ਸੌ ਰੱਬ ਦੀ ਸੀਨਾ ਠਰ ਜਾਂਦਾ। ਇੱਕ ਹਕੀਮ ਇਲਾਜ ਨੂੰ ਆਇਆ ਸੀ, ਇੱਕ ਹਕੀਮ ਇਲਾਜ ਨੂੰ ਆਇਆ ਸੀ, ਸੁਣ ਐਸਾ ਸੁਣ ਸੁਣਾਇਆ ਸੀ, ਸੁਣ ਐਸਾ ਸੁਣ ਸੁਣਾਇਆ ਸੀ। ਦੋ ਬੋਲ ਜਿੰਨੇ ਸੁਣੇ ਖੁਤਬੇ ਦੇ, ਦੋ ਬੋਲ ਜਿੰਨੇ ਸੁਣੇ ਖੁਤਬੇ ਦੇ, ਉਹ ਤਾਂ ਸਾਰੀ ਹਕਮਤ ਹਰ ਜਾਂਦਾ। ਸੁਣੇ ਮਦਨੀ ਪੀਰ ਦਾ ਨਾਂ ਸੁਣ ਕੇ ਸੌ ਰੱਬ ਦੀ ਸੀਨਾ ਠਰ ਜਾਂਦਾ। ਤਵੱਜੋ ਚਾਹੀਦੀ ਹੈ, ਜ਼ਰਾ ਗੌਰ ਕਰਿਆ ਹੈ। ਫਖਰ ਬੜਾ ਕਰਦੇ ਹੋ, ਸਾਡਾ ਅਜ਼ੀਮ ਨਬੀ ਹੈ, ਸਾਡਾ ਕਰੀਮ ਨਬੀ ਹੈ, ਖੁਲਕੇ ਅਜ਼ੀਮ ਨਬੀ ਹੈ, ਰਹਿਮਤੁਲ ਆਲਮੀਨ ਨਬੀ ਹੈ। ਕਦੀ ਇਹ ਵੀ ਸੋਚਿਆ ਨੇ ਮਿਲਿਆ ਕਿਵੇਂ? ਬਾਬੇ ਇਬਰਾਹੀਮ ਨਬੀ ਨੇ ਪਰੇਸ਼ਾਨੀ ਦੇ ਅੰਦਰ ਆ ਕੇ ਦੋ ਨਫਲ ਨੀਤੇ ਆਣ ਨਮਾਜ਼ ਦੇ, ਜਿੰਦੀ ਮਦਦ ਨਾਲ, ਜਿੰਦੇ ਨਫਲਾਂ ਦੀ ਵਜ੍ਹਾ ਨਾਲ ਪੰਜ ਮਦਦਾਂ ਹੋਈਆਂ ਸਨ। ਪਹਿਲੀ ਮਦਦ, ਇੱਜ਼ਤ ਬਚ ਗਈ। ਦੂਈ ਮਦਦ, ਲੜਕੀ ਦਾ ਰਿਸ਼ਤਾ ਮਿਲ ਗਿਆ। ਤੀਸਰੀ ਮਦਦ, ਇਸ ਔਰਤ ਚੋਂ ਬੇਟਾ ਮਿਲਿਆ ਇਸਮਾਈਲ। ਚੌਥੀ ਮਦਦ,
اللہ نے انہوں نبی بنایا. پنجویں مدد اسماعیل دی لڑی چوں 14 طبقاں دا شانہ والا نبی پیدا فرما. کیا شان ہے انہاں دو نفلاں دا تے فرضاں دی شان کیا ہوئے گی. سبارہ تیسرا سن لو. ان الذین آمنوا وعملوا الصالحات اقاموا الصلاة وآتوا الزکاة لهم اجرهم عند ربهم لا خوف عليهم ولا هم يحزنون. قیامت والے دن بڑے بڑے لوگ خوف زدہ ہون گے, غم زدہ ہون گے. بڑی بڑی دنیا خوف زدہ بھی ہوئے گی, غم زدہ بھی ہوئے گی. ایک ایسی جماعت آئے گی جنہاں نوں قیامت والے دیہاڑے نہ غم ہوئے گا نہ خوف ہوئے گا. او کیڑی جماعت ہے؟ او سنیاں دی جماعت نہیں, او وہابیاں دی جماعت نہیں, بریلویاں دی جماعت نہیں, دیوبندیاں دی جماعت نہیں, سہروردیاں دی جماعت نہیں, شیعاں دی جماعت نہیں, چشتیاں دی جماعت نہیں, قادریاں دی جماعت نہیں, نقشبندیاں دی جماعت نہیں, حیاتیاں دی جماعت نہیں, مماتیاں دی جماعت نہیں, او سیاسیاں دی جماعت نہیں, او شیر دی جماعت نہیں, او بلے دی جماعت نہیں, او تیر دی جماعت نہیں. او جماعت ہے جنہاں نوں قیامت والے دیہاڑے نہ خوف ہوئے گا نہ غم ہوئے گا. او کیڑی جماعت ہے؟ اقاموا الصلاۃ. جڑے ساری عمر دے نمازی ہون گے انہاں نوں خوف وی نہیں ہوئے گا, انہاں نوں غم وی نہیں ہوئے گا. مسند احمد دے اندر ایک حدیث ہے, مسند احمد حدیث دی او کتاب ہے. ایک کتاب دے اندر 40,000 نبی دی حدیث ہے. ایک اے وی حدیث ہے کہ جڑا ساری عمر دا نمازی ہے, بہت ہی پیارا نمازی ہے, ان دی نماز کدی رہی نہیں ہے. فرمایا جدو فوت ہوئے گا پکا نمازی. اس طرح فوت ہوئے گا جویں ماں دے پیٹ جو اج بچہ جمے ہے تے شام نو مر گیا ہے. ایک دن دا بچہ پیدا ہویا بے گناہ ہے. جڑا پکا نمازی مرے گا اللہ انہوں موت پہلے پہلے اس طرح گناہ ماں تو بری کر کے مار دے گا. جدو قبریں اٹھایا جائے گا میرا نبی 1,25,000 امت دے وچوں اس نمازی نو پہچان لے گا. کیویں پہچانے گا؟ میرے نبی نے فرمایا جدو میرا امتی نمازاں پڑھ دے تے وضو کر دے, وضو دی وجہ نال اللہ دو شانہ دے وے گا بندے نو. ایک دا جتھے جتھے وضو دا پانی لگے گا اس جگہ تے او جگہ چمک مارے گی جویں 14ویں رات دا چن چمکا مار دے. فرمایا جتھے جتھے ان دا پانی چلا جائے گا وضو دا انہاں جگہاں تے اللہ پاک سونے دے کنگن پہنائے گا. اے مقام ملے گا نمازیاں نو. میرا نبی اس بندے دے چہرے تے ہاتھ دی چمک دی وجہ نال صد مار لے گا. فرمایا او میرا پیارا امتی آ میرے کولو پانی پی لے. نمازی پانی پی لوے گا دوبارہ پھر پیاس لگے گی نہیں, یہ تو میرا رب صد مار لوے گا. کیونکہ حدیث ہم دیئے 7 بندیاں نو عرش دا سایہ ملے گا. فرمایا کیڑے 7 بندے؟ او ساری حدیث لمبی حدیث ہے. فرمایا انہاں دے اندر ایک بندہ بھی ہے جندا دل مسیتہ نال لٹکیا کھڑا سی. صبح دی نماز مسجد دے اندر, زہر دی نماز مسجد دے اندر, عصر دی نماز مسجد دے اندر, مغرب دی نماز مسجد دے اندر, عشاء دی نماز مسجد دے اندر, ساری عمر مسجد دے اندر. فرمایا اللہ کہے گا میرے مسیتہ نال تیرا دل جڑیا ہویا ہے, آ میرے رشت لے آ کے سو جا. ہائے میرے پیارے بھائیو, جڑو پانی پی لوے گا نمازی بندہ پیاسا مک جان گیاں. جدو عرش تلے سو جائے گا دھپاں تے گرمیاں مک جان گیاں. ہائے میرے پیارے بھائیو, تاں اللہ کہندا ہے اقام الصلاۃ لا
عليهم ولا هم يحزنون. نمازیاں نو خوف بھی نہیں ہوئے گا, غم بھی نہیں ہوئے گا. اگلی گل بھی سن لو, جدو قیامت دا دن مک جائے گا, اللہ بغیر حساب دے انہاں نو جنت عطا کرے گا, سب دا حساب ہوئے گا, پر نمازیاں دا حساب بھی نہیں ہوئے گا. او میرے پیارے دوستو, حساب تو پہلے پریشانی آئے گی, اس پریشانی تو بھی نمازی بچے گا. او دھوپ دی پریشانی آئے گی, دھوپ تو بھی بچ جائے گا. پیاس دی پریشانی آئے گی, پیاس تو بھی بچ, پیاس دی پریشانی تو بھی بچ جائے گا. او میرے دوستو, اگر قیامت والے دیہاڑے سب پریشانیاں تو بچنا چاہتے ہو, تے میرے پکے سچے نمازی بن جاؤ. میرا اللہ قیامت والے دن دھوپ تو بھی بچا لے گا, پیاس تو بچا لے گا, پریشانیاں تو بچا لے گا, پر سراد خطرہ تو بچا لے گا, عمال نامے سجے کھبیا دے اندر آنگے او تو بھی بچا لے گا, او تیرے عملہ دے اندر وزن پا دے گا. تیرا حساب بھی نہیں ہوئے گا, تیرا کتاب بھی نہیں ہوئے گا, تو سدھا فردوس دا مالک بن جائیں. کی خیال ہے, نماز دی سمجھ آ رہی ہے کہ جا رہی ہے؟ امید ہے کہ آ رہی ہے, امید ہے کہ آ رہی ہے. لو جی, ہوں میں ترجمے نہیں کرتا کیونکہ شعر ہے نکلو تے پھر میری ادھی تقریر آ جائے گی. اجے سپارہ تیسرا مکیا ہے تے میں ہوں ترجمے نہیں کرتا. ترجمے ایتھے کہ یزدانی صاحب بیٹھا رومال والا, وہ کرسی وہ جدو تسی انہوں بلاؤ گے نا, تے میں جی آیت پڑھنی ہونی ہیں تو نماز دے اندر ہی ہے, مسئلہ نماز ہوئے گا. لیکن ہوں میں تا صرف سادیاں سادیاں پڑھ دینا تاکہ میرا وعدہ جو قرآن والا پورا ہو جائے گا. الذين يذكرون الله قياما, سبحان اللہ کی دے گئی ہے, اصوفی تو بھی نہیں پڑھتا پہ فرار سیر سے بہ کے, تو دا پڑھ لا. سپارہ پنجواں نکل آیا, فائدہ قضیتم الصلاۃ فاذکروا اللہ قیاما وقعودا وعلی جنوبکم. سپارہ چھواں نکل آیا, لكن الراسخون في العلم منهم والمؤمنون يؤمنون بما أنزل إليك وما أنزل من قبلك والمقيمين الصلاة. سپارہ ستواں نکل آیا, وَأَنْ أَقِيمُ الصَّلَاةَ وَاتَّقُوهُ وَهُوَ الَّذِي إِلَيْهِ تُحْشَرُونَ. سپارہ اٹھواں نکل آیا, قُلْ إِنَّ صَلَاتِي ونسقي ومحياي ومماتي لله رب العالمين. چار گلاں میرے نبی نے آکھیاں. پہلی گل, ان صلاتی میری نماز اللہ کے لیے, میری قربانی اللہ کے لیے, میری زندگی اللہ کے لیے, میرا مرنا اللہ کے لیے, میرا سونا اللہ کے لیے, میرا جاگنا اللہ کے لیے, میرا غصہ اللہ کے لیے, میرا پیار اللہ کے لیے, میریاں سردیاں اللہ کے لیے, میریاں گرمیاں اللہ کے لیے, میری فجر اللہ کے لیے, میری زہر اللہ کے لیے, میری عصر اللہ کے لیے, میری مغرب اللہ کے لیے, میری عشاء اللہ کے لیے, او میری تہجد اللہ کے لیے, میری صلاۃ خوف اللہ کے لیے, صلاۃ حاجہ اللہ کے لیے, نماز اشراق اللہ کے لیے, صلاۃ استسقاء اللہ کے لیے, میرے قیام اللہ کے لیے, میرے رکوع اللہ کے لیے, میرے سجدے اللہ کے لیے, آئے ساری عمر اللہ کے لیے. اللہ دا میرا حبیب, ساری زندگی میرے لیے, جنت میری ہے, سرداری تیرے لیے. سبارہ ناما سن لو, والذین یمسکون بالکتاب
جناب اقام الصلاۃ سبارا دسواں نکل آیا انما یامر مساجد اللہ من آمن باللہ والیوم الآخر اقام الصلاۃ اوئے اچھی اچھی سبحان اللہ پڑھو انہا قرآن تھانو جلسیاں دے اندر مسئلہ نماز تے کسے نہیں سنانا پڑھ لو اج سبحان اللہ سبارہ یارواں سن لو التائبون العابدون الحامدون نسائحون الراکعون الساجدون سبارہ بارواں نکلا اقیم الصلاۃ طرفی النهار زلفا من اللیل سبارا تیرواں نکل آیا ہے ایتھے گل کرنا چاہنا کر دیا پوچھ لوا ایک گل آکو پوچھ ڈرے کھلے ہو پتہ نہیں کی پوچھو ہے ایک گل پوچھ لوا آکو پوچھ اللہ دی رضا لینا چاہتے ہو یا نراضگی لینا چاہتے ہو اللہ تھوڑے تے ناراض ہو جائے اے لینا چاہتے ہو یا رب راضی ہو جائے میاں باقر رحمت اللہ علیہ بیمار ہو گئے آدھر اللہ میں تیرے تراضی شفاواں مل گئیں اللہ میں تیرے تراضی مجھ مر گئی ایک ٹائم دا 10 کلو دودھ دیندی آئی آدھر اللہ میں تیرے تراضی بیٹا فوت ہو گیا 3 بچے یتیم ہو گئے ماشاءاللہ اے میرا لگدا ہے وہ بزرگ جڑا تھوڑا مولوی صاحب ہے نا اے مینوں انہاں دے لگدا رومال سونا آپ بھی سونا تے رومال بھی سونا تے ڈڈو بھی سونا تے اتو بھی سونا تے داڑھی بھی سونی ماشاءاللہ او میرے پیارے دوستو ذرا غور کریا ہے میاں باقر رحمت اللہ نے فرماندن اللہ میرا بیٹا فوت ہو گئے میں آج بھی تیرے تراضی ایک بابا پوچھتا ہے اے گل کیوں آدھر آدھے ہو آدھر کدی تا اللہ بھی آکھے گا میں رب بھی تیرے تراضی جدو رب نے کہہ چھڑیا میں راضی تے میری جنت پکی ہو جائے گی جے رب دی رضا لینا چاہتے ہو دوویں ہاتھ کھڑے کر کے سبحان اللہ پڑھ لو ایک جماعت اللہ ہمیشہ راضی ہوتا ہے سنو کیڑی جماعت ہے 13واں سبارہ سنو والذین صبروا ابتغاء وجه ربهم اقاموا الصلاۃ مینوں تو انج لگتا جی میں سارا قرآن سانو دستا ہی نماز پہ این لگتا پیا تھانوں نہیں نہ لگتا لگتا پیا تو پھر بن جاؤ نمازی پھر اللہ واسطے امید ہے کہ آج بندہ آج تو بعد کوئی ایس مجمع چھتا بے نماز نہیں ہوا اینا قرآن نو کون کنڈ کرے اللہ دا ایک جماعت ایسی ہے جن دے تا میں ہمیشہ راضیاں کیڑی جماعت ہے اقام الصلاۃ او نمازی لوگ نے جے رضا لینی نے اللہ دی رضا لینی نے تے نماز پڑھنی پوے گی جدو مل گئی رضا پھر جنت مل جائے گی جنت سنیاں نو نہیں لبنی جنت وہابیاں نو بھی نہیں لبنی جنت بریلویاں نو بھی نہیں لبنی جنت دیوبندیاں نو بھی نہیں لبنی جنت شیعاں نو بھی نہیں لبنی سوروردیاں نو جنت نہیں لبنی چشتیاں قادریاں نو جنت نہیں لبنی چھوٹیاں وڈیاں نو جنت نہیں لبنی جنت لبنی ہے جنت رب دی رضا آ گئی انہاں
ਨੂੰ ਜੰਨਤ ਲੱਭਣੀ ਹੈ ਤਾਂ ਰੱਬ ਦੀ ਰਜ਼ਾ ਆਏਗੀ। ਕਿਵੇਂ ਆਏਗੀ? ਜਦੋਂ ਨਿਮਾਜ਼ ਆਏਗੀ। ਜੇ ਰਜ਼ਾ ਲੈਣੀ ਨੇ ਤਾਂ ਨਿਮਾਜ਼ ਜ਼ਰੂਰੀ ਹੈ, ਤਾਂ ਜੰਨਤ ਵਾਸਤੇ ਰਜ਼ਾ ਜ਼ਰੂਰੀ ਹੈ। ਹਾਏ ਰੱਬ ਦੀ ਰਜ਼ਾ ਲੈਣੀ ਨੇ ਤਾਂ ਨਿਮਾਜ਼ ਜ਼ਰੂਰੀ ਹੈ। ਜਦੋਂ ਮਿਲ ਗਈ ਰਜ਼ਾ ਫਿਰ ਜੰਨਤ ਹੋ ਜਾਏਗੀ ਜ਼ਰੂਰੀ। ਉਹ ਜੰਨਤ ਤੂੰ ਪਹਿਲੇ ਰਜ਼ਾ ਜ਼ਰੂਰੀ ਹੈ, ਤੇ ਰਜ਼ਾ ਤੂੰ ਪਹਿਲੇ ਨਿਮਾਜ਼ ਜ਼ਰੂਰੀ ਹੈ। ਆ ਰਹੀ ਸਮਝ? ਹੁਣ ਛੱਡਣੀ ਹੈ ਕਿ ਪੜ੍ਹਨੀ? ਮਾਸ਼ਾਅੱਲਾ। ਸਿਬਾਰਾ ਚੌਦਵਾਂ ਸੁਣ ਲਓ। ਵਲਿਲਾ ਹੈ ਯਸ ਜਦੋ ਮਨ ਫਿਸ ਸਮਾਵਾਤਿ ਵ ਮਨ ਫਿਲ ਅਰਜ਼। ਸਿਬਾਰਾ ਪੰਦਰਵਾਂ ਸੁਣ ਲਓ। ਅਕੀਮਿ ਸਲਾਤਾ ਲੂਕਿ ਸ਼ਮਸਿ ਇਲਾ ਗਸਕਿ ਲੈਲ। ਸਿਬਾਰਾ ਸੋਲਵਾਂ ਸੁਣ ਲਓ। ਇੱਕ ਬਾਪ ਆਉਂਦਾ ਆਪਣੇ ਪੁੱਤਰ ਨੂੰ, ਬੇਟਾ ਕੱਲ੍ਹ ਮੈਂ ਘਰ ਨਹੀਂ ਆਉਣਾ, ਤੈਨੂੰ ਦੱਸਾਂ ਤੂੰ ਘਰ ਕਿਵੇਂ ਸ਼ਡੂ ਘਰ ਦੇ ਅੰਦਰ ਕਿਵੇਂ ਰਹਿਣਾ ਸ਼ਡੂਲ ਦੇ ਰਿਹਾ। ਆਉਂਦਾ ਜਦੋਂ ਸੁਬਹ ਸਵੇਰੇ ਉੱਠੇ ਜਲਦੀ ਜਲਦੀ ਨਹਾ ਲਵੀਂ, ਜਦੋਂ ਨਹਾ ਕੇ ਨਿਕਲੇ ਤੇ ਪੈਂਟ ਪਾ ਲਵੀਂ, ਯਾਨੀ ਕਬਰ 'ਚ ਵੜ ਜਾਵੀਂ। ਕਬਰ ਪੈਂਟ ਅੱਲਾ ਮਾਫ ਕਰਿਆ ਹੈ, ਉਹਦੀ ਤਾਂ ਕਬਰ ਹੀ। ਮੈਨੂੰ ਇੱਕ ਬੰਦਾ ਕਹਿਣ ਲੱਗਾ, ਤੁਹਾਨੂੰ ਮੈਂ VIP ਪੈਂਟ ਲੈ ਕੇ ਦੇਣਾ, ਪਾਓਗੇ? ਮੈਂ ਕਿਹਾ ਨਹੀਂ। ਉਹ ਆਉਂਦਾ ਕਿਉਂ ਨਹੀਂ? ਮੈਂ ਕਿਹਾ ਮੈਂ ਕਦੀ ਪਾਈ ਨਹੀਂ। ਆਖੇ ਜੀ ਬੜੀ ਬਿਹਤਰੀਨ ਲੱਗੇਗੀ। ਮੈਂ ਕਿਹਾ ਬਿਹਤਰੀਨ ਲੱਗੇ ਤਾਂ ਭਾਵੇਂ ਨਾ ਲੱਗੇ, ਤੂੰ ਮੈਨੂੰ ਇੱਕ ਕਾਪੀ ਦੇਵੇਂ ਤਾਂ ਨਾ ਕੜਕਣਿਆ ਨੋਟਾਂ ਦੀ ਲੱਖ ਦੀ, ਮੈਂ ਮੁੜ ਵੀ ਪੈਂਟ। ਅੱਲਾ ਦੇ ਨਬੀ ਸਾਰੀ ਉਮਰ ਸ਼ਲਵਾਰ ਹੀ ਨਹੀਂ ਪਾਈ। ਨਬੀ ਨੂੰ ਖੁੱਲ੍ਹੇ ਲਿਬਾਸ ਪਸੰਦ ਆ। ਕਈ ਸਾਡੇ ਮੌਲਵੀ ਵੀ ਮਾਸ਼ਾਅੱਲਾ ਘੁੱਟਣੀਆਂ ਪਾਈ ਵੰਦਨ, ਉਹ ਅੰਦਰ ਸਟੇਜਾਂ 'ਤੇ ਕਿਆ ਬਾਤ ਹੈ। ਹਾਂ, ਮੈਂ ਆਖਿਆ ਭਾਵੇਂ ਲੱਖ ਵੀ ਦੇਵੇ ਨਾ ਆਪਾਂ ਪੈਂਟ। ਮੈਨੂੰ ਇੱਕ ਬੰਦਾ ਕਹਿਣ ਲੱਗਾ, ਫਿਰ ਪੈਂਟ ਪਾਈ ਹੋਵੇ ਸੌੜੀ ਜੀ ਨਿਮਾਜ਼ ਹੋ ਜਾਂਦੀ? ਮੈਂ ਕਿਹਾ ਹੁੰਦੀ ਤਾਂ ਹੋਵੇਗੀ ਕਿ ਨਹੀਂ ਹੋਵੇਗੀ, ਪਿਛਲਿਆਂ ਦੀ ਬਹਰਹਾਲ ਨਹੀਂ ਹੋਏਗੀ, ਕਿਉਂਕਿ ਹਰ ਸ਼ਾਇਦ ਦਿਸਦੀ ਪਈ, ਸਿਰਫ ਉੱਤੇ ਕੱਪੜਾ ਹੀ ਹੈ ਬਸ, ਬਾਕੀ ਕੋਈ। ਆਉਂਦਾ ਪੈਂਟ ਪਾ ਲਵੀਂ, ਟਾਈ ਲਾ ਲਵੀਂ, ਸ਼ਰਟ ਪਾ ਲਵੀਂ। ਅੱਛਾ, ਇਹ ਹੁਣ ਸ਼ਡੂਲ ਦੇ ਰਿਹਾ ਪਿਓ। ਜਦੋਂ ਪਿੰਡ ਪੁਣ ਪਾ ਲਵੇਂ, ਨਾਸ਼ਤਾ ਕਰ ਲਵੀਂ, ਨਾਸ਼ਤਾ ਕਰ ਕੇ ਦਾੜੀ ਮੁਨਾ ਕੇ ਗੰਦੀਆਂ ਖਾਲੀਆਂ ਗਿਰਾ ਲਵੀਂ, ਕਿਉਂਕਿ ਤੂੰ ਯੂਨੀਵਰਸਿਟੀ 'ਚ ਜਾਣਾ, ਤੈਨੂੰ ਸ਼ਰਮ ਨਾ ਆਏ। ਇਹ ਬਾਪ ਸ਼ਡੂਲ ਦੇ ਦਾੜੀ ਮੁਨਾ ਕੇ ਜਾਵੀਂ, ਮੌਤ ਫੌਤਾ ਬੰਦਾ ਹੈ, ਉਹ ਨਾ ਹੋਵੇ ਕਿ ਦਾੜੀ ਐਡੀ ਐਡੀ ਲਮਕੀ ਖੜੀ ਹੋਵੇ ਅਤੇ ਸਾਡਾ ਫਿਰ ਜੀਣਾ ਖੁਜਾ ਆਏ, ਕਿ ਮੇਰਾ ਪੁੱਤਰ ਹੋਵੇ ਅਤੇ ਦਾੜੀ ਐਡੀ ਐਡੀ ਲੈ ਕੇ ਮਰ ਜਾਏ। ਚੰਗੀ ਤਰ੍ਹਾਂ ਮੁਨਾ ਕੇ ਜਾਵੀਂ, ਪੈਸੇ ਨਾਈਆਂ ਨੂੰ ਉਲਟਾ ਦੇ ਕੇ ਜਾਵੀਂ, ਅਤੇ ਗੰਦੀ ਖਾਲੀ ਦੇ ਅੰਦਰ ਦਾੜੀ ਨੂੰ ਗਿਰਾ ਦੇਵੀਂ, ਤਾਂ ਕਿ ਪਤਾ ਲੱਗੇ ਦਾੜੀ ਮੁਬਾਰਕ ਨੂੰ ਕਿ ਮੈਂ ਕਿੰਦੇ ਚਿਹਰੇ 'ਤੇ ਆਈ। ਹਾਏ, ਮੇਰਾ ਬੇਟਾ ਯੂਨੀਵਰਸਿਟੀ ਦਾ ਤਾਲਬ ਇਲਮ ਹੈ, ਸੱਸੀ ਦਾੜੀ ਹੈ ਤਾਂ ਕਦੀ ਵੀ ਕੋੜਾ ਨਹੀਂ ਲੱਗਿਆ। ਪਿਆਰੇ ਦੋਸਤੋ, ਮੇਰੇ ਭਾਈਓ, ਬਾਪ ਦਾ ਦਾੜੀ ਮੁਨਾ ਕੇ ਜਾਵੀਂ ਯੂਨੀਵਰਸਿਟੀ ਦੇ ਅੰਦਰ, ਜਦੋਂ ਪੜ੍ਹ ਕੇ ਆਵੇਂ ਖਾਣਾ ਖਾ ਲਵੀਂ, ਖਾਣਾ ਖਾ ਕੇ ਫਿਰ ਸੌਂ ਜਾਵੀਂ, ਸੌਂ ਕੇ ਉੱਠੇ ਫਿਰ ਗਰਾਊਂਡ ਚਲਾ ਜਾਵੀਂ, ਉੱਥੇ ਬੱਲਾ ਗੇਂਦ ਨਾ ਖੇਡਦਾ ਰਵੀਂ, ਜਦੋਂ ਸ਼ਾਮ ਹੋ ਜਾਏ ਫਿਰ ਘਰ ਆ ਜਾਵੀਂ, ਜਦੋਂ ਘਰ ਆਵੇਂ ਖਾਣਾ ਖਾ ਲਵੀਂ, ਖਾਣਾ ਖਾ ਕੇ ਫਿਰ ਫੇਸਬੁੱਕ ਚਲਾ ਲਵੀਂ, ਫੇਸਬੁੱਕ ਵੇਂਦਾ ਵੇਂਦਾ ਸੌਂ ਜਾਵੀਂ। ਪੂਰੇ ਸ਼ਡੂਲ ਦੇ ਅੰਦਰ ਨਿਮਾਜ਼ ਕੋਈ ਨਹੀਂ, ਇਹ ਵੀ ਬਾਪ ਕਿੱਥੋਂ ਲੱਭੇ? ਬਾਪ ਇਸਮਾਈਲ ਨਬੀ ਸੋਲਵਾਂ ਸਿਬਾਰਾ ਸੁਣਾਉਣ ਲੱਗਾ, ਤੇ ਬਾਪ ਆਪਣੇ ਬੇਟਿਆਂ ਨੂੰ ਕੀ ਆਉਂਦਾ? ਵਕਾਨ ਯਾਮਰ ਅਹਲਹੁ ਬਿਸਲਾਤ। ਇਸਮਾਈਲ ਨਬੀ ਆਪਣੀ ਔਲਾਦ ਨੂੰ ਆਂਦਨ ਕੋਈ ਸ਼ਡੂਲ ਨਹੀਂ, ਸਿਰਫ ਇੱਕ ਸ਼ਡੂਲ ਹੈ ਕਿ ਸਾਰੀ ਉਮਰ ਨਿਮਾਜ਼ ਛੱਡਣੀ ਨਹੀਂ। ਇਹ ਵੀ ਦੇਖ ਬਾਪ ਹੈ, ਉਹ ਜਿਹੜਾ ਬਾਪ ਨਿਮਾਜ਼ ਦਾ ਆਡਰ ਨਹੀਂ ਕਰ ਰਿਹਾ,
ਇਹਦਾ ਮਾਨ ਹੈ ਉਹ ਨਿਮਾਜ਼ੀ ਨਹੀਂ। ਅਗਲੀ ਗੱਲ ਵੀ ਸੁਣ ਲਓ, ਜਿਸ ਬਾਪ ਨੇ ਆਪਣੀ ਔਲਾਦ ਨੂੰ ਨਿਮਾਜ਼ੀ ਨਹੀਂ ਬਣਾਇਆ, ਉਹਨੇ ਆਪਣੀ ਜ਼ਿੰਮੇਦਾਰੀ ਦਾ ਹੱਕ ਅਦਾ ਕੀਤਾ ਨਹੀਂ। ਹਦੀਸ ਦੇ ਅੰਦਰ ਆਉਂਦਾ ਹੈ, ਇਲਾ ਹਰਮ ਅੱਲਾਹ ਅਲੈਹਿਲ ਜੰਨਾ, ਉਸ ਬਾਪ ਨੂੰ ਜੰਨਤ ਨਹੀਂ ਮਿਲੇਗੀ, ਉਹਦੇ 'ਤੇ ਜੰਨਤ ਹਰਾਮ ਹੈ। ਆਪ ਭਾਵੇਂ ਤਹੱਜਦ ਗੁਜ਼ਾਰ ਹੈ, ਔਲਾਦ ਦੀ ਤਰਬੀਅਤ ਦੀ ਕੋਈ ਨਹੀਂ ਕੀਤੀ ਨਮਾਜ਼ 'ਤੇ, ਆਪ ਤਹੱਜਦ ਖੜਾ ਹੋਇਆ, ਔਲਾਦ ਸੁਬਾਹ ਦੀ ਕੋਈ ਨਹੀਂ, ਜ਼ੋਹਰ ਦੀ ਕੋਈ ਨਹੀਂ, ਅਸਰ ਕੋਈ ਨਹੀਂ, ਮਗਰਬ ਕੋਈ ਨਹੀਂ, ਇਸ਼ਾ ਕੋਈ ਨਹੀਂ, ਉਹਨੂੰ ਮਾਰ ਕੋਈ ਨਹੀਂ, ਅਲੈਦਗੀ ਕੋਈ ਨਹੀਂ, ਉਹ ਉਹਨੂੰ ਸਮਝਾਉਣਾ ਕੋਈ ਨਹੀਂ, ਉਹਦੇ ਬਾਰੇ ਬਾਤ ਕੋਈ ਨਹੀਂ। ਆਂਦਾ ਜੀ ਮੈਂ ਤਾਂ ਪੜ੍ਹਦਾ ਹੀ ਪਿਆ, ਇਹੋ ਰੰਗੇ ਨਿਮਾਜ਼ੀ ਪਿਓ ਨੂੰ ਜੰਨਤ ਨਹੀਂ ਮਿਲਣੀ ਅਤੇ ਬੱਚੇ ਨੂੰ ਵੀ ਨਹੀਂ ਮਿਲਣੀ। ਉਹ ਮੇਰੇ ਪਿਆਰੇ ਦੋਗੋ, ਆਪਣੀ ਔਲਾਦ ਨੂੰ ਵੀ ਨਿਮਾਜ਼ੀ ਬਣਾ ਲਓ ਤੇ ਆਪ ਵੀ ਨਿਮਾਜ਼ੀ ਬਣ ਜਾਓ। ਨਬੀ ਆਪ ਵੀ ਨਿਮਾਜ਼ੀ ਹੁੰਦੇ ਆਣ ਤੇ ਆਪਣੀ ਔਲਾਦ ਨੂੰ ਵਕਾ ਨਾ ਯਾ ਮਰੋ ਅਲਗੂ ਬਿਸਲਾਤ। ਹੁਣ ਯਾਰ ਨਿਮਾਜ਼ ਦੀ ਗੱਲ ਆਈ ਨਾ ਤੇ ਨਿਕਲੇ ਜਾਂਦੇ ਆਹ ਗਏ। ਇਹਨਾਂ ਆਖਿਆ ਇਹ ਮੌਲਵੀ ਨੂੰ ਨਾ ਸੁਣੋ, ਉਹ ਨਾ ਹੋਵੇ ਕਦੀ ਪੜ੍ਹਨੀ ਨਾ ਪਏ। ਇਹ ਰੰਗੀ ਤਕਰੀਰ ਫੱਬਦੀ ਵੀ ਨਹੀਂ ਨਾ ਜਲਸਿਆਂ 'ਚ, ਉਹ ਤਾਂ ਸ਼ੇਰੋ ਸ਼ਾਇਰੀ ਵਾਲੀਆਂ ਫੱਬਦੀਆਂ ਤਕਰੀਰਾਂ। ਮੇਰੇ ਵਾਲੀ ਕੌਣ ਤਕਰੀਰ ਫਬਾਵੇ ਜਾਂ ਕੌਣ ਸੁਣੇ? ਹਾਏ ਹਾਏ, ਇਸ ਬਜ਼ੁਰਗ ਨੂੰ ਤਕਰੀਰ ਚੰਗੀ ਲੱਗੀ, ਆਂਦਾ ਹਕੈਕ ਤੇ ਮਬਨੀ। ਕਦੀ ਇਹੋ ਰੰਗੀ ਤਕਰੀਰ ਵੀ ਸੁਣੀ ਕਰੋ ਜਲਸਿਆਂ 'ਚ। ਹਾਏ ਹਾਏ, ਸਿਬਾਰਾ ਸਤਾਰਵਾਂ ਸੁਣ ਲਓ, ਵਅਹੀਨਾ ਇਲੈਹਿਮ ਫਿਅਲਲ ਖੈਰਾਤ। ਅੱਲਾ ਵਹੀ ਕਰਦਾ ਏ ਨਬੀਆਂ ਨੂੰ, ਓ ਮੇਰੇ ਨਬੀਓ ਨੇਕੀ ਕਰੋ। ਅੱਲਾ ਕਿਹੜੀ ਕਰੀਏ? ਮਸਲਾਤ। ਹਰ ਨਬੀ ਨੂੰ ਅੱਲਾ ਵਹੀ ਕਰਕੇ ਨਿਮਾਜ਼ਾਂ ਦਾ ਹੁਕਮ ਦੇ ਰਿਹਾ ਹੈ। ਇਹ ਤੂੰ ਪਤਾ ਚੱਲਿਆ ਹਰ ਨਬੀ ਨਿਮਾਜ਼ੀ ਹੈ, ਹਰ ਨਬੀ। ਅੱਲਾਹੁ ਅਕਬਰ। ਤੇ ਹਰ ਸਿਆਬੀ ਨਿਮਾਜ਼ੀ ਹੈ ਤੇ ਹਰ ਵਹਾਬੀ ਨਿਰਾਦ ਨਾ ਹੋਵਿਆ। ਹਰ ਵਹਾਬੀ ਨਿਮਾਜ਼ੀ ਨਹੀਂ, ਹਰ ਸੁੰਨੀ ਵੀ ਨਿਮਾਜ਼ੀ ਨਹੀਂ। ਪਰ ਅਗਲੀ ਗੱਲ ਸੁਣ ਲਓ, ਅਗਰ ਸੁੰਨੀ ਨਿਮਾਜ਼ੀ ਨਹੀਂ ਉਹ ਸੁੰਨੀ ਨਹੀਂ, ਜਿਹੜਾ ਵਹਾਬੀ ਨਿਮਾਜ਼ੀ ਨਹੀਂ ਉਹ ਵਹਾਬੀ ਨਹੀਂ। ਸਿਪਾਰਾ ਅਠਾਰਵਾਂ ਸੁਣਾਉਣ ਲੱਗਾ, ਸੁਬਾਨ ਅੱਲਾ ਬੋਲੋ। ਇੱਕ ਗੱਲ ਪੁੱਛ ਲਵਾਂ, ਆਖੋ ਪੁੱਛ, ਜੰਨਤ ਛੋਟੀ ਲੈਣੀ ਨੇ ਜਾਂ ਵੱਡੀ ਲੈਣੀ ਨੇ? ਵੱਡੀ ਜੰਨਤ ਕਿਹੜੀ ਹੈ? ਫਿਰਦੌਸ। ਜੇ ਫਿਰਦੌਸ ਦੇ ਸ਼ੁਕੀਨ ਹੋ ਤਾਂ ਦੋਵੇਂ ਅੱਧ ਗੜੇ ਕਰਕੇ ਸੁਬਾਨ ਨਾ ਪੜੋ। ਮੈਂ ਕੁਰਾਨ ਦਾ ਅਠਾਰਵਾਂ ਸਿਪਾਰਾ ਪੜੂੰਗਾ, ਫਿਰਦੌਸ ਕਿਵੇਂ ਮਿਲੇਗੀ? ਵੱਲਜ਼ੀ ਹੁਮਾਲਾ ਸਲਾਵਾਤ ਹਮ ਯੁਹਾਫਿਜ਼ੂਨ ਅੱਲਜ਼ੀਨਾ ਯਰਿਸੂਨਲ ਫਿਰਦੌਸਾ ਹੁਮ ਫੀਹਾ ਖਾਲਿਦੂਨ। ਅੱਲਾ ਦਾ ਜਿਹਨੇ ਸਾਰੀ ਉਮਰ ਨਿਮਾਜ਼ਾਂ ਦੀ ਹਿਫਾਜ਼ਤ ਕੀਤੀ, ਇੱਕ ਹਾਫਜ਼ ਕੁਰਾਨ ਹੈ, ਇੱਕ ਹਾਫਜ਼ ਨਿਮਾਜ਼ ਹੈ। ਕੁਰਾਨ ਅਗਰ ਭੁੱਲ ਵੀ ਜਾਏ ਤੇ ਗੁਜ਼ਾਰਾ ਹੋ ਜਾਏਗਾ, ਅਗਰ ਨਿਮਾਜ਼ ਭੁੱਲ ਗਈ ਕਸਮ ਅੱਲਾ ਦੀ ਗੁਜ਼ਾਰਾ ਨਹੀਂ, ਪੱਕੇ ਜਹਨਮੀ ਬਣ ਜਾਓਗੇ। ਅੱਲਾ ਦਾ ਤੂੰ ਸਾਰੀ ਉਮਰ ਨਿਮਾਜ਼ਾਂ ਦਾ ਹਾਫਿਜ਼ ਹੈ, ਜਾ ਤੈਨੂੰ ਫਿਰਦੌਸ ਦਾ ਮਾਲਿਕ ਨਾ ਬਣਾਵਾਂ, ਮੈਨੂੰ ਰੱਬ ਕਹਿਣਾ। ਜੇ ਫਿਰਦੌਸ ਲੈਣੀ ਨੇ ਤੇ ਨਿਮਾਜ਼ਾਂ ਜ਼ਰੂਰੀ ਨੇ, ਨਿਮਾਜ਼ਾਂ
ਇਹ ਤਾਂ ਇੰਝ ਪਿਆ ਲੱਗਦਾ ਸੌ ਹੱਥ ਰਸਤਾ ਸਿਰੇ ਦੇ ਉੱਤੇ ਗੱਜ। 18ਵੇਂ ਸਿਬਾਰੇ ਤਾਂ ਆਪਾਂ ਨਿਮਾਹ ਨਿਮਾਹ ਚਲਾ ਦਿੱਤੀ ਅਤੇ ਬਾਕੀ ਵੀ ਇੰਸ਼ਾਅੱਲਾ ਚੱਲਣੀ। ਸਿਬਾਰਾ 19 ਸੁਣਾਉਣ ਤੋਂ ਪਹਿਲੇ ਗੱਲ ਪੁੱਛ ਲਵਾਂ, ਆਖੋ ਪੁੱਛ, ਵਲੀ ਬਣਨਾ ਚਾਹੁੰਦੇ ਹੋ ਜਾਂ ਸਾਦੇ ਮੁਸਲਮਾਨ ਬਣਨਾ ਚਾਹੁੰਦੇ ਹੋ? ਰੱਬ ਤੈਨੂੰ ਵਲੀ ਬਣਾ ਦੇਵੇ, ਆਖੋ। ਵਲੀਆਂ ਦੇ ਪੈਰਾਂ ਥੱਲੇ ਜਿਹੜੀ ਮਿੱਟੀ ਹੈ, ਉਸ ਮਿੱਟੀ ਨੂੰ ਮੈਂ ਬਲੋਚ ਅੱਖਾਂ ਦਾ ਸੁਰਮਾ ਮੰਨਾ। ਜਿਹੜਾ ਵਲੀਆਂ ਨੂੰ ਨਹੀਂ ਮੰਨਦਾ ਮੈਂ ਉਹਨੂੰ ਮੁਸਲਮਾਨ ਵੀ ਨਹੀਂ ਮੰਨਦਾ, ਕਿਉਂਕਿ ਲਫਜ਼ ਵਲੀ ਕੁਰਾਨ 20 ਮਕਾਮ 'ਤੇ ਆਉਂਦਾ, ਲਫਜ਼ ਔਲੀਆ ਅੱਲਾ ਕੁਰਾਨ 34 ਮਕਾਮ 'ਤੇ ਆਉਂਦਾ। ਕਦੀ ਮੁੜ ਮੈਂ ਆਇਆ ਅਤੇ ਮੈਨੂੰ ਸ਼ਾਨ ਔਲੀਆ ਅੱਲਾ ਦਿਵਿਆ ਹੈ, ਮੈਂ 54 ਮਕਾਮ ਕੁਰਾਨ ਜੋ ਪੜ੍ਹ ਕੇ ਵਲੀਆਂ ਦੀ ਸ਼ਾਨ ਸੁਣਾਵਾਂ। ਜਿਹੜਾ ਵਲੀਆਂ ਨੂੰ ਨਹੀਂ ਮੰਨਦਾ ਉਹ ਮੁਸਲਮਾਨ ਕੋਈ ਨਹੀਂ, ਕਿਉਂਕਿ ਕੁਰਾਨ ਤੇ ਵਲੀਆਂ ਦਾ ਜ਼ਿਕਰ ਕਰਦੇ। ਮੈਨੂੰ ਲੱਗਦਾ ਬੰਦੇ ਉੱਠੀ ਹੋਵਣ, ਬੰਦੇ ਉੱਠੀ ਹੋਵਣ। ਹੁਣ ਜਿਹੜਾ ਉੱਠੇਗਾ ਮੈਂ ਵੀ ਉੱਠਾਂਗਾ, ਉਹ ਆਖੇਗਾ ਕਿੱਥੇ? ਮੈਂ ਕਿਹਾ ਵੈਸੇ। ਉਹਨੇ ਵੀ ਆਖਣਾ ਵੈਸੇ ਹੀ। ਇੱਕ ਮੁੰਡਾ ਨੂੰ ਮੈਂ ਪੁੱਛਿਆ ਕਿਉਂ ਜਾ ਰਿਹਾ ਹੁੰਦਾ ਵੈਸੇ? ਮੈਂ ਉੱਠੀ ਬੈਠਾ, ਮੈਂ ਉਹਨਾਂ ਆਖਿਆ ਤੂੰ ਕਿੱਥੇ ਜਾ ਰਿਹਾ? ਮੈਂ ਕਿਹਾ ਵੈਸੇ। ਉਹਨਾਂ ਉਸ ਮੁੰਡੇ ਨੂੰ ਬਹਾ ਲਿਆ, ਮੈਂ ਕਿਹਾ ਕਿਵੇਂ ਬੈਠਾ ਹੁੰਦਾ ਵੈਸੇ? ਮੈਨੂੰ ਬੰਦਿਆ ਬਿਠਾ ਲਿਆ, ਮੈਂ ਕਿਹਾ ਮੈਂ ਕਿਵੇਂ ਬੈਠਾ ਵੈਸੇ? ਉਹਨਾਂ ਕਿਹਾ ਨਹੀਂ ਤੁਹਾਡਾ ਵੈਸੇ ਨਹੀਂ ਫੱਬਦਾ, ਤੁਸੀਂ ਸਾਨੂੰ ਸੁਣਾਓ, ਕਿਉਂਕਿ ਵੈਸੇ ਦਾ ਤਰਜਮਾ ਕੋਈ ਨਹੀਂ। ਵੈਸੇ ਦਾ ਕਰੋ ਤਰਜਮਾ, ਵੈਸੇ ਦਾ ਕੋਈ ਤਰਜਮਾ ਨਹੀਂ। ਹੁਣ ਵੈਸੇ ਵੀ ਨਹੀਂ ਜਾਣਾ ਅਤੇ ਐਸੇ ਵੀ ਨਹੀਂ ਜਾਣਾ ਅਤੇ ਜੈਸੇ ਵੀ ਨਹੀਂ ਜਾਣਾ। ਕੁਰਾਨ ਯਾਰ ਮੈਂ ਤਾਂ ਪੜ੍ਹਦਾ ਪਿਆ, ਮੈਂ ਕਿਸੇ 'ਤੇ ਕੋਈ ਹਿੱਟ ਕਰ ਰਿਹਾ? ਮਸਲਾ ਨਿਮਾਜ਼ ਹੈ ਜਿਹਨੂੰ ਹਰ ਮਜ਼ਾ ਬੜਾ ਮੰਨਦਾ। ਕਿਹੜਾ ਮਜ਼ਹਬ ਹੈ ਜਿਹੜਾ ਨਿਮਾਜ਼ ਦਾ ਇਨਕਾਰ ਕਰਦਾ? ਇਹ ਤਾਂ ਇਤਫਾਕੀਆ ਮਸਲਾ। ਜੇ ਵਲੀ ਅੱਲਾ ਬਣਨਾ ਚਾਹੁੰਦਾ ਹੋ, ਜਿੰਜ ਦੇ ਮੀਆਂ ਬਾਕਰਾਨ ਆਏ, ਜਿੰਜ ਦੇ ਸੂਫੀ ਅਬਦੁੱਲਾ ਮਾਮੂ ਕਾਂਜਣ ਵਾਲਿਆ, ਉਂਝ ਦੇ ਵਲੀ ਅੱਲਾ ਬਣਾ ਦੇਵੇ ਜਿਵੇਂ ਦੇ ਸੂਫੀ ਅਬਦੁੱਲਾ ਮਾਮੂ ਕਾਂਜਣ ਵਾਲੇ ਆਣ, ਜਿਵੇਂ ਦੇ ਸ਼ੇਖੁਲ ਕੁਰਾਨ ਮੌਲਾਨਾ ਮੁਹੰਮਦ ਹੁਸੈਨ ਸਾਹਿਬਾਨ, ਜਿਵੇਂ ਦੇ ਮੌਲਾਨਾ ਅਬਦੁੱਲਾ ਸ਼ੇਖੁਪੁਰੀ ਆਣ, ਜਿਵੇਂ ਦੇ ਹਬੀਬੁਰ ਰਹਿਮਾਨ ਯਜ਼ਦਾਨੀ ਆਣ, ਜਿਵੇਂ ਦੇ ਅਬਦੁਲ ਗਨੀ ਸ਼ਾਹ ਸਾਹਿਬਾਨ, ਜਿਵੇਂ ਦੇ ਹਾਫਿਜ਼ ਅਬਦੁਲ ਮਨਾਨ ਵਜ਼ੀਰਾਬਾਦੀ ਆਣ, ਜਿਵੇਂ ਦੇ ਹਾਫਿਜ਼ ਅਬਦੁਲ ਮਨਾਨ ਨੂਰਪੁਰੀ ਆਣ, ਜਿਵੇਂ ਦੇ ਹਾਫਿਜ਼ ਮੁਹੰਮਦ ਗੋਂਦਲਵੀ ਆਣ, ਜਿਵੇਂ ਦੇ ਮੌਲਾਨਾ ਇਸਮਾਈਲ ਸਲਫੀ ਆਣ, ਜਿਵੇਂ ਦੇ ਮੌਲਾਨਾ ਮੁਹੀਉਦੀਨ ਉਕਾੜੇ ਵਾਲੇ ਆਣ, ਜਿਵੇਂ ਦੇ ਹਾਫਿਜ਼ ਯਹਿਯਾ ਅਜ਼ੀਜ਼ ਮੀਰ ਮੁਹੰਮਦੀ ਆਣ, ਉਹ ਜਿਵੇਂ ਦੇ ਖਤੀਬ ਮਿਲਤ ਅਲਾਮਾ ਇਹਸਾਨ ਲਈ ਜ਼ਹੀਰ ਆਣ, ਉਹ ਜਿੱਥੇ ਸਿਹਾਬੀ ਸੁੱਤੇ ਨੇ ਉੱਥੇ ਸ਼ੇਰ ਵਹਾਬੀ ਸੁੱਤਾ, ਜਿੱਥੋਂ ਵਹਾਬ ਸਿਹਾਬੀ ਉੱਠਣਗੇ ਉੱਥੋਂ ਅਲਾਮਾ ਇਹਸਾਨ ਲਈ ਜ਼ਹੀਰ ਵਹਾਬੀ ਉੱਠੇਗਾ। ਰੰਗੇ ਵਲੀ ਅੱਲਾ ਬਣਨਾ ਚਾਹੁੰਦੇ ਹੋ, ਦੋਵੇਂ ਹੱਥ ਖੜੇ ਕਰਕੇ ਸੁਭਾਨ ਅੱਲਾ ਦੇ ਦਿਓ। 19 ਸਿਬਾਰਾ ਸੁਣਾਉਂ ਕਿਵੇਂ ਵਲਾਇਤ ਮਿਲਦੀ ਹੈ। ਵੱਲਜ਼ੀਨਾ ਯਬੀਤੂਨਾ ਲਿਰੱਬਿਹਿਮ ਸੁਜਦਨ ਵਕਿਆਮਾ, ਸਾਰੀ ਰਾਤ ਵਲੀਆਂ ਦੇ ਬਿਸਤਰਿਆਂ ਤੇ ਸੁੱਤਿਆ ਨਹੀਂ ਗੁਜ਼ਰਦੀ, ਜਦੋਂ ਜੱਗ ਸੌ ਜਾਂਦਾ ਹੈ ਸਾਰਾ ਜੱਗ ਸਾ ਜਾਂਦਾ ਹੈ, ਉਦੋਂ ਦੋ ਜ਼ਾਤਾਂ ਜਾਗਦੀਆਂ ਨੇ, ਇੱਕ ਜੰਨਤ ਦੇਣ ਵਾਲੀ। ਉਹ ਸੁਭਾਨ ਅੱਲਾ ਤਾਂ ਪੜੋ ਗੂੰਗੇ, ਉਹ ਉੱਚੀ ਬੋਲੋ ਉੱਚੀ। ਜਦੋਂ ਜੱਗ ਸਾਰਾ ਸਾ ਜਾਂਦਾ, ਦੋ ਜ਼ਾਤਾਂ ਜਾਗਦੀਆਂ ਜੰਨਤ ਦੇਣ ਵਾਲੀ, ਰੱਬ ਦੁਆ ਮੁਸੱਲੇ ਤੇ ਆ ਕੇ ਜੰਨਤ ਲੈਣ ਵਾਲੀ। ਜੇ ਵਲੀ ਬਣਨਾ ਚਾਹੁੰਦੇ ਹੋ ਫਿਰ ਵੀ ਨਿਮਾਜ਼ ਜ਼ਰੂਰੀ ਹੈ। ਆ ਜੇ 19 ਪਾਰਾ, ਆ ਜਿੰਨੇ ਬਾਲ ਬੈਠਣ ਪੁੱਛ ਲਿਆ, ਇਹਨਾਂ ਨੂੰ ਮੈਂ ਰਿਸ਼ਵਤ ਵੀ ਕੋਈ ਨਹੀਂ ਦਿੱਤੀ ਅਤੇ ਇਹਨਾਂ ਇਨਕਾਰ ਵੀ ਕੋਈ ਨਹੀਂ ਕਰਨਾ। ਇਹ ਮੇਰੀ ਗੱਲ ਇਹਨਾਂ ਮੰਨਣੀ, ਕਿਉਂਕਿ ਗੱਲ ਜੋ ਸਹੀ
اللہ میں بہت پریشان چھڑنا دیا سپارے. چلو 20 سپارہ نہیں پڑھتا کیونکہ تسی نے آستہ آستہ لڑکو 20 سپارہ نہیں میں پڑھتا کیونکہ 20 سپارہ اس واسطے نہیں پڑھتا کہ 20 سپارے مسئلہ نماز نہیں. سپارہ 21 سن لو. اتلو ما اوحی الیک من الکتاب اقیم الصلاۃ ان الصلاۃ تنہا عن الفحشاء والمنکر. نماز کیوں آئی ہے؟ بے حیائیاں تو منع کرنا آئی ہے. تسی آکھو گے کاری جی کچھ ایسے نمازی بھی ہیں ساڈے علاقے دے اندر جڑی نمازی بھی ہیں بے حیائیاں بھی کر لیندن, انہاں دا کی بنے گا؟ نماز سچی ہے, نماز سچی ہے. انہاں دیاں دو گلاں فکری گلاں سن لو. جڑا نماز پڑھ کے بھی بے حیائی کر لیندا ہے اون دی بے حیائی نو نماز روکدی نہیں, حالانکہ بے حیائیاں تو روکن آئی ہے. دو گلاں سن لو, یا نماز مسنون نہیں یا نماز قبول نہیں. بس لمبی چوڑی دی کوئی چیز دی ضرورت نہیں, یا نماز مسنون نہیں یا قبول. سپارہ 22 سن لو. اقم الصلاۃ وآتین الزکاۃ وآتین اللہ ورسولہ. اللہ. سپارہ 23 سن لو. امن ہوا کانت آنا اللیل ساجدا وقائما. سپارہ 24 میں پڑھنا نہیں. کیوں نہیں پڑھنا؟ تسی آنا بندے جا رہے تاں بندیاں دی خیر ہے تاں نہیں پڑھنا. 24 سپارے دے اندر مسئلہ نماز کوئی نہیں. 25 سپارہ پڑھنا ہے. کیوں؟ 25 سپارے دے اندر مسئلہ نماز ہے. والذی نستجابوا لربهم اقاموا الصلاۃ. ہوں جلدی جلدی پڑھ لو, 4 سپارے رہ گئے. جلدی جلدی پڑھ لو, اچھی اچھی پڑھ لو, 4 سپارے رہ گئے. شیر ستا پہ تو جگا لو, 4 سپارے رہ گئے. آوے یا نہ آوے بلی ضرور جا رہی ہے. سیماہم فی وجوہہم من اثر السجود. سیابا جدو ٹرتے آن تو پچھانے جاندے آن, سیابا دے چہرے تو پہچان ہو جاندی آئی کہ اے نمازی لوگ جا رہے ہیں. سپارہ 27 سن لو. فاسجدوا للہ وعبدوا. سپارہ 29 سن لو. ما سلککم فی سقر قالوا لم نکن من المصلین. جنتی آکھن گے یار تسی چور نہیں آؤ, زانی نہیں آؤ, شرابی نہیں آؤ, دغا باز نہیں آؤ, چوراں دیاں نانیاں بھی نہیں آؤ, رساگیر بھی نہیں آؤ, پھر جہنمی کیوں بنے؟ آخن گے کالو لم نکن من المصلین. پتا چلیا جڑا نمازی ہے او جنتی ہے, جڑا نہیں او جنتی نہیں او جہنمی ہے. اس واسطے جہنمی بن کے نہ مرنا, نمازاں ضروری پڑھدیا رہنا. اے سارے قرآنی پروٹوکول رب تیرے کھاتے چ پا دے گا. ولی ہے تے نمازی ہے, نبیاں دے طریقے تے چل رہا تے نمازی ہے, نبی دے رستے تے چل رہا تے نمازی ہے, فردوس جائے گا تے نمازی ہے,
او میرے پیارے دوستو اگر رضا پائے گا اللہ دی تے نمازی ہے، اگر ہدایت پائے گا رب دی تے وہ نمازی ہے، اے ساریاں عزت کون پائے گا جو پکا سچا بہترین نمازی ہے۔ سبارہ 3واں سن لو، جتھوں گل ٹری آئی اوتھے مکدی پئی ہے۔ ان آتیناک الکوثر فصلی لربک ونہر،